ड्यूटी टैग करांगे हो, हर कम पूरा कैट करांगे जुल्म दी टूटी टैग करांगे हुणे अपने पैर विछाए हो तुसी देख के चादर क्योंकि आ गए ने थोड़े साहब क्योंकि आ गए ने थोड़े साहब बहादुर क्योंकि आ गए ने थोड़े साहब बहादुर ਜਦੋਂ ਰਾਹੂ ਪ੍ਰਵੇਸ਼ ਕਰ ਜਾਵੇ ਮਕਰ ਰਾਸ਼ੀ ਵਿੱਚ ਤੇ ਉੱਥੇ ਪਹਿਲਾਂ ਹੀ ਸ਼ਨੀ ਵਕਰੀ ਹੋਵੇ ਜਦੋਂ ਤਿਥੀ ਦਾ ਪੂਰਾ ਚੱਲੇ ਤੇ ਸਰਦੀ ਗਰਮੀ ਨੂੰ ਖਾਣ ਲੱਗ ਪਵੇ ਜਦੋਂ ਅੱਸੂ ਦੀ ਪੁੰਨਿਆ ਨੂੰ ਚੰਨ ਨੂੰ ਗ੍ਰਹਿਣ ਲੱਗ ਜੇ ਫਿਰ ਕਾਬਲ ਸਿਆਂ ਉਦੋਂ ਬਣਦਾ ਹਾਦਸਿਆਂ ਦਾ ਯੋਗ ਸਾਹਿਬ ਬਹਾਦਰ ਰੋਟੀ ਵਾਲੇ ਬੰਨ ਤੇ ਜਨਾਨੀ ਦੀ ਲਾਸ਼ ਮਿਲੀ ਹੁਣ ਮੇਰੀ ਵਾਰੀ ਹੈ ਐਵੇਂ ਰੋਂਦੀ ਵਿੱਟੀ ਜਾਂਦੇ ਹੋ ਮੇਰੀ ਵਾਰੀ ਦਿੰਦੇ ਨੀ ਤੁਸੀਂ ਉੱਕ ਗਿਆ ਬਾਬਾ ਤੈਨੂੰ ਕਿਦਾਂ ਪਤਾ ਲੱਗਿਆ ਤੈਨੂੰ ਤੇ ਦਿਸਦਾ ਨਹੀਂ ਕਾਕਾ ਮੇਰੇ ਕੰਨ ਹੀ ਮੇਰੀਆਂ ਅੱਖਾਂ ਨੇ ਮੈਂ ਆਪਣੀਆਂ ਅੱਖਾਂ ਨਾਲ ਸੁਣ ਲਿਆ ਚੱਲ ਤੂੰ ਜਾ ਕੇ ਖੇਡ ਲੈ ਓਏ ਆ ਬਈ ਲੰਬੜਦਾਰਾ ਕਿੱਧਰ ਨੂੰ ਚੱਲੇ ਪਿਓ ਪੁੱਤ ਕਾਹਲੀ ਕਾਹਲੀ ਉਹ ਕਾਹਦਾ ਤਾਇਆ ਆ ਸਰਪੰਚ ਦੀ ਮਕਾਨ ਦੇਣ ਚੱਲੇ ਆ ਆ ਦੇਖਦਾ ਤਿੰਨ ਦਿਨ ਹੋ ਗਏ ਉੱਚੀ ਉੱਚੀ ਲਾਊਡ ਸਪੀਕਰ ਲਾਇਆ ਹੋਇਆ ਉਹ ਬਸ਼ਰਮ ਕਹੇ ਚੱਕਵੇਂ ਗਾਣੇ ਲਾਉਂਦਾ ਮੁੰਡੇ ਦੀ ਜਨ ਹਜੇ ਕੱਲ ਨੂੰ ਚੜ੍ਹਨੀ ਹੈ ਤੇ ਪਹਿਲਾਂ ਹੀ ਓਏ ਸ਼ੇਰਾ ਮੈਨੂੰ ਕੀ ਪਤਾ ਕਿਹੜੇ ਚੱਕਵੇਂ ਗੀਤ ਹੈ ਤੇ ਕਿਹੜੇ ਰਕਮੇ ਜਿੱਥੇ ਕੱਲ ਨੂੰ ਮੁੰਡਾ ਵਿਆਹੁਣ ਚੱਲਿਆ ਨਾ ਆ ਮੇਰੇ ਪੁੱਤ ਨੂੰ ਰਿਸ਼ਤਾ ਆਉਂਦਾ ਸੀ ਬੇਈਮਾਨ ਨੇ ਭਾਨੀ ਮਾਰ ਕੇ ਦਾ ਰਿਸ਼ਤਾ ਤੜਵਾਤਾ ਜਿੰਨੀ ਜ਼ਮੀਨ ਇਹਦੇ ਕੋਲ ਹੈਗੀ ਆ ਉਹ ਤਾਂ ਦੁੱਗਣੀ ਦੱਸ ਕੇ ਰਿਸ਼ਤਾ ਆਪ ਲੈ ਲਿਆ ਇਹੋ ਜਿਹੀਆਂ ਚਲਾਕੀਆਂ ਕਰਦਾ ਇਹ ਤੇ ਉਹ ਤੋਂ ਲਾ ਕੇ ਸ਼ਰੀਕਾ ਵਾਲੇ ਗਾਣੇ ਸਾਨੂੰ ਵੰਗਾਰਦੇ ਨੇ ਗੱਲ ਤਾਂ ਮਾੜੀ ਹੈ
पर चलो कोई नहीं, लंघ जाओ तुसी फिर कवेला कानू कर दे हो। आ पुत चल बापू। साहब बहादुर चाह। बहादुर ओ जनाब आ नावल चो बाहर निकलो ते नवी कहानी च बड़ो। ओ लंबड़दार दरखास्त देन आया सरपंच दे खिलाफ, की करना? ठीक है आ जा फिर। ਨਿੱਕੀਆਂ ਮੋਟੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਲੰਬੜਦਾਰ ਸਾਹਿਬ, ਸਰਪੰਚ ਦੇ ਇਕੱਲੇ ਕਹਿ ਰਹੇ ਮੁੰਡੇ ਦਾ ਵਿਆਹ ਮੁੰਚ ਚਾਰ ਕੁ ਦਿਨ ਗਾਉਣ ਵਜਾਉਣ ਕਰ ਵੀ ਲੈਣਗੇ ਫੇਰ ਕਿਹੜਾ ਲੋੜ ਆਉਂਦਾ, ਨਾਲੇ ਸਪੀਕਰ ਹੀ ਚਲਾਇਆ ਕਿਹੜਾ ਦੋ ਪੰਜ ਲਾਤੀਆਂ। ਜਾਣੀ ਕਿ ਜਾਣੇਦਾਰ ਸਾਹਿਬ ਪਿੰਡ 'ਚ ਭਾਈਚਾਰਾ ਸਾਡੀ ਗੱਲ ਨਹੀਂ ਸੁਣਦਾ, ਇੱਥੇ ਤੁਸੀਂ ਨਹੀਂ ਸੁਣਦੇ, ਮੈਨੂੰ ਦੱਸੋ ਤਾਂ ਸਹੀ ਮੈਂ ਐਸ ਐਸ ਪੀ ਸਾਹਿਬ ਕੋਲ ਜਾਵਾਂ ਜਾਂ ਡੀ ਸੀ ਸਾਹਿਬ ਕੋਲ ਪੇਸ਼ ਹੋਵਾਂ? ਚੱਲ ਬਾਪੂ ਹੁਣ ਅਸੀਂ ਕਿਤੇ ਪੇਸ਼ ਨਹੀਂ ਹੋਣਾ, ਆਉਂਦਿਆਂ ਮੈਨੂੰ ਸਪੀਕਰ ਬੰਦ ਕਰਨ। ਉਹ ਮਿੱਠਣ ਚੱਕਰਵਰਤੀ ठंड देखो जी, दो चार दिन की गल कट लो औखे सौखे, नाले तुसी भी तो अपने मुंडे का विह करना ही है, वो तुसी कोठे ते छड्डो, तुसी भावें गल च स्पीकर पा के घूमते फिरी जायो कुछ नहीं कहिंदे तुहानू। तुसी हस रहे हो, साडा मरन होया पिया, नाले असी कड़ा नहीं जानते, सरपंच की भाभी तुहाडे पिंड की है ते तुसी कहने उहनू भूआ, ते भूआ दा पक्का पूर्ण ही होया ना फिर। गल सुन लो मेरी, जे कि पुलिस रिश्तेदारियां कढ़न पै गई ना तो तेरे सारे फफड़ मामे ब्लैकियां च निकल आवणगे, तो भी बार्डरों पार, सो भज इतों, कोई रिपोर्ट नहीं हो सकती लंबड़दार साहब, तुसी जा सकते हैं। ठीक है जी, चल बापू आउंदिया मैनू कम लैने। जा भाग जाओ, डंड वैट का कर दा पंप गेट दा। जनाब मैं हैगा मकान मालिक, ये मेरा किराएदार छे महीने तो मैंने तंग कर रहा है, मैं किराया नहीं दे रहा। कोई ना, शाबाश। ओ जनाब मैं फरियाद लेके आया, तुसी एदी पिट थप थपा रहे हो। ओ साडी किराएदारां नाल हमदर्दी है, असल च ना तुहाडी चौंकी भी किराए ते आ। ओ लोको ओ मेरी गल ध्यान नाल सुन लो, एदां दा किराएदार नहीं रखना, नहीं तां मेरे वर्गा हाल हो जाणा तुहाडा। सानू इज्जत नहीं मिलती ना जिहड़ी एक मकान मालिक नू मिलनी चाहीदी है। तुसी ठहरो, इन्हां नू तां मैं दस्सदी। ओ दीपी ਨੀ ਮੇਰੀ ਗੱਲ ਤਾਂ ਸੁਣ, ਗੱਲ ਸੁਣ ਮੇਰੀ ਤੂੰ। ਦੀਪੀ ਮੇਰੀ ਗੱਲ ਤਾਂ, ਜੇ ਹੁਣ ਤੂੰ ਬੈਠਕਾ ਕੱਢੀਆਂ ਨਾ ਤਾਂ ਫਿਰ ਦੇਖਦਾ ਰਹੀ, ਤੂੰ ਮਕਾਨ ਮਾਲਕ ਹੈ ਨਾ ਫਿਰ ਕਿਉਂ ਬੈਠਕਾ ਕੱਢੀ ਜਾਂਦਾ? ਇਹ ਕੱਢੇ ਤੇ ਤੂੰ, ਜੇ ਤੂੰ ਇਹਨਾਂ ਦਾ ਕਿਰਾਇਆ ਟਾਈਮ ਨਾਲ ਨਾ ਦਿੱਤਾ ਨਾ ਤੇ ਮੈਂ ਤੇਰਾ ਮੂੰਹ ਕਾਲਾ ਕਰਵਾ ਦੇਣਾ ਮਹਿਲਾ ਮੰਡਲ ਚ ਕਹਿ ਕੇ। ਜੇਕਰ ਕੋਈ ਪੁਲਿਸ ਦੇ ਕੰਮਾਂ ਚ ਦਖਲ ਦੇਵੇ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਚਾਹੇ ਉਹ ਕੋਈ ਵੀ ਹੋਵੇ। ਨਹੀਂ ਦੀਪੀ ਪੁੱਤ ਤੂੰ ਚੁੱਪ ਨਹੀਂ ਕਰਦੀ, ਤੈ ਦੱਸ ਕੀ ਲੈਣਾ? ਤੂੰ, ਤੈਨੂੰ ਮੈਂ ਕਿਹਾ ਸੀ ਨਾ ਅਗਲੇ ਮਹੀਨੇ ਮੇਰਾ ਯੂਥ ਫੈਸਟੀਵਲ ਹੈ, ਤੁਹਾਡੇ ਸਪਿੱਟ ਸਿਆਪੇ ਕਰਕੇ ਮੇਰੇ ਹਸਲ ਨਹੀਂ ਕਰ ਪਾਉਂਦੀ, ਕਿੱਥੇ ਮੈਂ ਗਿੱਧੇ ਦੀ ਕੈਪਟਨ ਬਣਨਾ ਸੀ ਤੇ ਹੁਣ ਤੇ ਮੈਨੂੰ ਲੱਗਦਾ ਮੈਨੂੰ ਪਰਦੇ ਪਿੱਛੇ ਖੜ ਕੇ ਬੋਲੀਆਂ ਪਾਉਣੀਆਂ ਪੈਣੀਆਂ। ਜਨਾਬ ਇਹ ਤਾਂ ਸਿੱਟਣੀਆਂ ਦੇਈ ਜਾਂਦੀ ਆ, ਬੋਲੀ ਨਾਲ ਜਵਾਬ ਦਿਓ ਟਕਾ ਕੇ। ਅੱਛਾ ਬਾਈ, ਹੋਰ ਦੱਸ ਹੁਣ ਫਿਰ ਜੀ
ਬਾਰੀ ਬਾਰੀ ਬਰਸੀ ਕੱਟਣ ਗਿਆ ਸੀ ਖੱਟ ਕੇ ਲਿਆਂਦੀ ਲੋਈ ਸੁਣ ਕੇ ਉਹਨੇ ਪੂਰੀ ਦੀ ਪੂਰੀ ਪੂਰੀ ਬਾਰੀ ਬਾਰੀ ਬਰਸੀ ਕੱਟਣ ਗਿਆ ਸੀ ਖੱਟ ਕੇ ਲਿਆਂਦੀ ਲੋਈ ਓ ਕੈਪਟਨ ਗਿੱਧੇ ਦੀ ਉਹ ਅੱਜ ਪੜਦੇ ਪਿੱਛੇ ਹੋਈ ਓ ਕੈਪਟਨ ਗਿੱਧੇ ਦੀ ਅੱਜ ਪੜਦੇ ਪਿੱਛੇ ਹੋਈ ਕੈਪਟਨ ਗਿੱਧੇ ਦੀ ਗੱਲ ਸੁਣਨਾ ਪੰਦਰਾਂ ਜਿਹਾ ਕੱਲ ਦੁਪਹਿਰ ਤੱਕ ਨਾ ਇੱਕ ਘਰ ਛੱਡ ਕੇ ਚਲਾ ਜਾਈ ਤੇ ਉਹ ਟਿੱਬਿਆਂ ਦੇ ਉੱਤੇ ਨਾ ਆਪਣੀ ਚੌਂਕੀ ਬਣਾ ਲਈ ਜਾ ਕੇ ਸਾਨੂੰ ਇਸ ਚੀਜ਼ ਤੇ ਕੋਈ ਇਤਰਾਜ਼ ਨਹੀਂ ਇਸ ਚੀਜ਼ ਸੰਬੰਧੀ ਤੁਸੀਂ ਪੰਡਿਤ ਨਰਾਤਾ ਰਾਮ ਦੀ ਨਾਲ ਗੱਲ ਕਰ ਸਕਦੇ ਹਾਂ ਤੇ ਕਿੱਥੇ ਨੇ ਮਾਮਾ ਜੀ ਰਾਤਾ ਮਾਮਾ ਤੁਹਾਡਾ ਜੀ ਪਿੰਡ ਕਢਾਣੀ ਖੁਰਦ ਨਗਰ ਖੇੜੇ ਦਾ ਜੱਗ ਕਰਾਉਣ ਗਿਆ ਜੀ ਐਵੇਂ ਨੀ ਕਮਲ ਮਰੀਦਾ ਹੈ ਤੂੰ ਚੱਲ ਅੰਦਰ ਚੱਲ ਕੇ ਗੱਲ ਸੁਣ ਮੇਰੀ ਆ ਜਾ ਮੇਰੀ ਧੀ ਗੱਲ ਤਾਂ ਸੁਣ ਮੇਰੀ ਤੂੰ ਚਲੋ ਚਲੋ ਡੰਡ ਬੈਠਕਾਂ ਜਾਰੀ ਰਹਿਣ ਪੁਲਿਸ ਦੀ ਕਾਰਵਾਈ ਜਾਰੀ ਰਹੇ ਕੀ ਗੱਲ ਕੋਈ ਖੜਕਾ ਦੜਕਾ ਹੋ ਗਿਆ ਸੀ ਮੈਂ ਦਰਅਸਲ ਨਾਲ ਦੇ ਪਿੰਡ ਹਵਨ ਕਰਾਉਣ ਗਿਆ ਹੋਇਆ ਸੀ ਨਹੀਂ ਮੈਂ ਇੱਥੇ ਤੱਕ ਨੌਬਤ ਆਉਣ ਹੀ ਨਹੀਂ ਦੇਣੀ ਸੀ ਤੁਹਾਨੂੰ ਤਾਂ ਭੈਣ ਜੀ ਪਤਾ ਹੀ ਹੈ ਇਹ ਪੱਤਰੀਆਂ ਟੇਵੇ ਹਮਨ ਕਰਾਉਣੇ ਇਹ ਸਾਡਾ ਖਾਨਦਾਨੀ ਪੇਸ਼ਾ ਵੀ ਹੈ ਤੇ ਮੇਰਾ ਸ਼ੌਕ ਵੀ ਹੈ ਕਾਬਲ ਸਿੰਘ ਦੱਸ ਰਿਹਾ ਸੀ ਤੁਸੀਂ ਚੌਕੀ ਖਾਲੀ ਕਰਾਉਣ ਬਾਰੇ ਗੱਲ ਕਰ ਰਹੇ ਸੀ ਓਹ ਦੇਖੋ ਭੈਣ ਜੀ ਮੇਰਾ ਗਣਿਤ ਇਹ ਦੱਸਦਾ ਕਿ ਵਾਸਤੂ ਦੇ ਹਿਸਾਬ ਨਾਲ ਸਾਡੇ ਥਾਣੇ ਲਈ ਇਸ ਤੋਂ ਵਧੀਆ ਜਗ੍ਹਾ ਕਿਤੇ ਹੋਰ ਹੋ ਹੀ ਨਹੀਂ ਸਕਦੀ ਚਲੋ ਇੱਕ ਮਿੰਟ ਲਈ ਮੰਨ ਲੈਂਦੇ ਹਾਂ ਕਿ ਜਗ੍ਹਾ ਤੁਸੀਂ ਸਾਡੇ ਕੋਲੋਂ ਧੱਕੇ ਨਾਲ ਖਾਲੀ ਕਰਾ ਲਓਗੇ ਪਰ ਵਾਸਤੂ ਫਿਰ ਇਹੀ ਗੱਲ ਕਹਿੰਦਾ ਕਿ ਅਖੀਰ ਨੂੰ ਇਸ ਘਰ ਦੇ ਵਿੱਚ ਵਾਸਾ ਖਾਖੀ ਵਰਦੀ ਵਾਲੇ ਦਾ ਹੀ ਹੋਣਾ ਅੱਛਾ ਜੇ ਪੁਲਿਸ ਵਾਲੇ ਨਾ ਵੀ ਰਹੇ ਤਾਂ ਕੋਈ ਰਿਟਾਇਰਡ ਫੌਜੀ ਆਜੂ ਜੇ ਫੌਜੀ ਨਾ ਰਿਹਾ ਕੋਈ ਫਾਇਰ ਬ੍ਰਿਗੇਡ ਵਾਲਾ ਆਜੂ ਜੇ ਉਹ ਵੀ ਨਾ ਰਿਹਾ ਡਾਕੀਆ ਤਾਂ ਵੱਟ ਤੇ ਪਿਆ ਅਖੀਰ ਨੂੰ ਵਸਣਾ ਇੱਥੇ ਖਾਖੀ ਵਰਦੀ ਵਾਲੇ ਨੇ ਆ ਪਰ ਮਾਮਾ ਜੀ ਤੁਹਾਡਾ ਉਹ ਸਾਹਿਬ ਬਹਾਦਰ ਤੇ ਉਹ ਘਸਿਆ ਜੇ ਸਿਪਾਹੀ ਘਰ ਚ ਵਾੜਨ ਵਾਲੇ ਹੈ ਨੀ ਬੀਬਾ ਬਿਲਕੁਲ ਜਮਾਂ ਇਹੀ ਖਿਆਲ ਉਹਨਾਂ ਦੇ ਘਰਦਿਆਂ ਦਾ ਵੀ ਉਹਨਾਂ ਬਾਰੇ ਇਹੀ ਹੈ ਪਰ ਉਹ ਦੋਨੇ ਜਾਣੇ ਮੇਥੋਂ ਬਾਹਰ ਨਹੀਂ ਮੈਂ ਮੰਨਦਾ ਕਿ ਸਾਹਿਬ ਬਹਾਦਰ ਦਾ ਰੁਤਬਾ ਤਾਂ ਹੁੰਦਾ ਪਰ ਇਹ ਨਾ ਭੁੱਲ ਮੁਨਸ਼ੀ ਵੀ ਥਾਣੇ ਦੀ ਮਾਂ ਹੁੰਦਾ ਮਾਮਾ ਜੀ ਮੈਂ ਤਾਂ ਤੁਹਾਡਾ ਹੀ ਲਿਹਾਜ਼ ਕਰਦੀ ਸਾਂ ਨਹੀਂ ਤਾਂ ਮੈਂ ਤਾਂ ਕਦੋਂ ਦੀ ਚੌਂਕੀ ਇੱਥੋਂ ਉਠਾ ਦੇਣੀ ਸੀ ਬੀਬਾ ਇਹ ਕੋਈ ਮਾਤਾ ਦੀ ਚੌਕੀ ਨੇ ਵੀ ਰਾਤ ਨੂੰ 12 ਵਜੇ ਠਾਲ ਦਿਓਗੇ ਇਹ ਪੰਜਾਬ ਪੁਲਿਸ ਦੀ ਚੌਕੀ ਹੈ ਜੇ ਇੱਕ ਵਾਰੀ ਕਿਰਾਏ ਤੇ ਚੜ੍ਹਤੀ ਕੁਛ ਸਮਾਂ ਤਾਂ ਭੈਣ ਜੀ ਰਹੂਗੀ ਰਹੂਗੀ ਇਹੀ ਤਾਂ ਵੀਰਾ ਇਹਨੂੰ ਮੈਂ ਕਹਿੰਦੀ ਹੈ ਹੈ ਨੀ ਜੇ ਚੌਂਕੀ ਇੱਥੋਂ ਠਾਲਤੀ ਤਾਂ ਚੜ੍ਹੇ ਮਹੀਨੇ ਕਿਰਾਏ ਦਾ 1200 ਰੁਪਈਆ ਕਿੱਥੋਂ ਆਊਗਾ ਦੀਪੀ ਪੁੱਤ ਗੁੱਸਾ ਥੁੱਕ ਦੇ ਜਾ ਕੇ ਆਪਦੇ ਮਾਮੇ ਵਾਸਤੇ ਚਾਹ ਕਰਕੇ ਭੈਣ ਚਾਹ ਨਹੀਂ ਪੀਣੀ ਮੈਨੂੰ ਦਫ਼ਤਰ ਚ ਥੱਲੇ ਹੋਰ ਵੀ ਬਹੁਤ ਕੰਮ ਨੇ ਨਾਲੇ ਕਾਹਨੂੰ ਸਰਪੰਚਾਂ ਦੇ ਮੁੰਡੇ ਦੀ ਬਰਾਤ ਚਾੜਨੀ ਹੈ ਤੇ ਅੱਜ ਰਾਤ ਨੂੰ ਗਾਉਣ ਵਜਾਉਣਾ ਠੀਕ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਚੰਗਾ ਵੀਰੇ ਜਿਉਂਦੀ ਰਹੇ ਸਾਹਿਬ ਬਹਾਦਰ ਛੱਡੋ ਹੁਣ ਚਾਹ ਨੂੰ ਅੱਧੀ ਰਾਤ ਹੋ ਗਈ ਲੋ ਹੁਣ ਪੈਗ ਲਾਓ ਨਹੀਂ ਸਰਪੰਚ ਸਾਹਿਬ ਮਾਫ ਕਰਿਓ ਅਸੀਂ ਡਿਊਟੀ ਤੇ ਨਹੀਂ ਪੀਂਦੇ ਉਹ ਸਾਹਿਬ ਬਹਾਦਰ ਰਾਤ ਨੂੰ ਕਾਹਦੀ ਡਿਊਟੀ ਹੋਰ ਓਏ ਸਰਪੰਚ ਸਾਹਿਬ ਦਿਨ ਹੋਵੇ ਰਾਤ ਹੋਵੇ ਵਰਦੀ ਚ ਹੋਈਏ ਨਾ ਹੋਈਏ ਪੁਲਿਸ ਤਾਂ 24 ਘੰਟੇ ਡਿਊਟੀ ਤੇ ਹੁੰਦੀ ਹੈ ਵਾਕੀ ਡਿਊਟੀ ਡਿਊਟੀ ਹੈ ਉਹ ਭਾਈ ਸਾਹਿਬ ਪਿੰਡ ਚ ਚੌਂਕੀ ਇੰਨੀ ਸਾਲੀ ਨਹੀਂ ਆਈ ਆ ਬੈਠਾ ਰੁਡੂ ਸਰਪੰਚ ਸਾਰੀ ਉਮਰ ਐਸ ਐਸ ਪੀ ਪਾਉਣ ਕੁਮਾਰ ਮਗਰ ਜੁੱਤੀਆਂ ਘਸਾਉਂਦਾ ਮਰ ਗਿਆ ਉਹਨੇ ਦੀ ਬਾਹ ਨਾ ਫੜੀ ਅਖੀਰ ਮੈਂ ਆਈ ਜੀ ਕੋਲੇ ਸਿੱਧਾ ਲੈ ਗਿਆ ਆਈ ਜੀ ਕਹਿੰਦਾ ਪ੍ਰਜਾਨ ਜਦੋਂ ਤੂੰ ਆਪ ਹੀ ਆ ਗਿਆ ਹੁਣ ਤਾਂ ਕੰਮ ਕਰਨਾ ਹੀ ਪੈਣਾ ਲੈ ਪਈ ਚੌਂਕੀ ਓਏ ਉਹ ਤੇਰੇ ਮਿੱਠੂ ਦੇ ਵਿਆਹ ਚ ਵੀ ਇਸੇ ਗੱਲੋਂ ਛਿੱਤਰ ਪਏ ਸੀ ਤੇ ਇੱਥੇ ਵੀ ਪੈ ਜਾਣੇ ਆ ਆਪਣੀਆਂ 2 ਰੋਟੀਆਂ ਖਾ ਤੇ ਤੁਰਦਾ ਉਹ ਚੱਲ ਅੱਛਾ ਹੁਣ ਤੂੰ ਮੈਨੂੰ ਨੱਚਣ ਤੋਂ ਰੋਕੇਗਾ ਪ੍ਰਧਾਨ ਨੂੰ ਮਾਰੀ ਆਪਾਂ ਨਹੀਂ ਮਾਰਦੇ ਹਰ ਵਾਰੀ ਤੁਰੋ ਪ੍ਰਧਾਨ ਨਰਾਤਾ ਰਾਮ ਜੀ ਹਾਂਜੀ ਆਪਦਾ ਹਿਸਾਬ ਕਿਤਾਬ ਲਾ ਕੇ ਦੱਸਿਓ ਤਾਂ ਵੀ ਜੇ ਭਲਾ ਬਰੀ ਦੇ ਗਹਿਣੇ ਚੋਰੀ ਹੋ ਜਾਣ ਉਹ ਬਦਸ਼ਗਨੀ ਹੁੰਦੀ ਹੈ ਸਰਪੰਚ ਹੁੰਦੀ ਤਾਂ ਬਦਸ਼ਗਨੀ ਹੈ ਪਰ ਗੱਲ ਕੀ ਹੋਈ ਆਪਣੇ ਸੰਦੂਕ ਚੋਂ 1.5 ਲੱਖ ਦੇ ਗਹਿਣੇ ਚੋਰੀ ਹੋ ਗਏ ਤੇ ਤੁਸੀਂ ਰਿਪੋਰਟ ਕਿਉਂ ਨਹੀਂ ਲਿਖਾਈ ਤੁਸੀਂ ਸਾਨੂੰ ਜਦੇ ਦੱਸ ਦਿੰਦੇ ਤੁਹਾਨੂੰ ਗਹਿਣੇ ਤੁਹਾਡੇ ਸੰਦੂਕ ਚ ਪਏ ਹੋਣੇ ਸੀ ਤੇ ਚੋਰ ਹਵਾਲਾਤ ਚ ਓਏ ਸਾਹਿਬ ਬਹਾਦਰ ਇਸੇ ਗੱਲੋਂ ਤਾਂ ਡਰ ਗਿਆ ਤੁਸੀਂ ਉਹ ਪੱਕੇ ਖੋਜੀ ਓਏ ਆਪਣੇ ਇਲਾਕੇ ਚ ਤਾਂ ਜੇ ਕਿਤੇ ਮੈਸ ਚੋਰੀ ਹੋ ਜਾਵੇ ਚੋਰ ਨੂੰ ਤਾਂ ਫੜਨਾ ਤੁਸੀਂ ਤਾਂ ਪਹਿਲਾਂ ਕੀਲੇ ਘੜਨ ਵਾਲੇ ਨੂੰ ਢਾ ਲੈਂਦੇ ਹੋ ਇਹ ਚ ਤਾਂ ਕੋਈ ਸ਼ੱਕ ਨਹੀਂ ਇਹ ਹੈ ਵਿਆਹ ਦਾ ਮਾਮਲਾ ਇੱਥੇ 100 ਮਹਿਮਾਨ ਆਇਆ ਹੋਇਆ
ਤੁਸੀਂ ਸਾਰਿਆਂ ਨੂੰ ਲਾਈਨ ਚਲਾ ਲੈਣਾ ਸੀ, ਫਿਰ ਜਵਾਈ ਭਾਈ ਵੀ ਰੁੱਸਣ ਲੱਗੇ, ਮਿੰਟ ਲਾਉਂਦੇ ਨੇ। ਸਰਪੰਚ ਸਾਹਿਬ ਤੁਸੀਂ ਚਿੰਤਾ ਨਾ ਕਰੋ, ਕੱਲ ਨੂੰ ਬਰਾਤ ਚੜ੍ਹਨ ਤੋਂ ਪਹਿਲਾਂ ਗੁਰਦੁਆਰੇ ਅਰਦਾਸ ਕਰਕੇ ਜਾਇਓ, ਪਰਮਾਤਮਾ ਭਲੀ ਕਰੂਗਾ। ਸਤ ਬਚਨ। ਚੰਗਾ ਸਰਪੰਚ ਸਾਹਿਬ, ਮੈਨੂੰ ਦੋ ਆ ਗਿਆ, ਮੈਨੂੰ ਮਾੜਾ ਜਿਹਾ ਕੰਮ ਹੈ, ਮੈਂ ਸਵੇਰੇ ਬਰਾਤ ਚ ਸ਼ਾਮਿਲ ਹੋਊਂਗਾ। ਠੀਕ ਹੈ ਬਾਈ, ਸਤਿ ਸ੍ਰੀ ਅਕਾਲ। ਠੀਕ ਹੈ ਛੋਟੇ ਭਾਈ, ਵੇਲੇ ਨਾਲ ਆ ਜੀ। ਸਰਪੰਚ ਵਾਲਾ ਜਵਾਈਆ ਤਾਂ ਖੇਡ ਗਿਆ, ਬਣ ਗਿਆ ਆਟਾ ਇਹਦਾ। ਕੀ ਗੱਲ ਬੱਕਰੀ, ਚਾਰ ਬੰਦੇ ਸਾਹਮਣੇ ਮੈਨੂੰ ਭੁੰਡੀ ਭੁੰਡੀ ਨਾ ਕਰਿਆ ਕਰ, ਸੀਨੀਅਰ ਆ ਮੈਂ ਤੇਰਾ। ਸੀਨੀਅਰ ਤੂੰ ਉਦੋਂ ਹੁੰਦਾ ਜਦੋਂ ਤੇਰੇ ਵਰਦੀ ਪਾਈ ਹੁੰਦੀ ਆ, ਮੇਰੇ ਲਈ ਤਾਂ ਅੱਠਵੀਂ ਵਾਲਾ ਭੁੰਡੀ ਹੋਈ ਆ, ਨਾਲੇ ਮੈਂ ਪੜਦੇ ਦੇ ਨਾਲ ਤਿੰਨ ਬੜਕਾਏ ਹੋਏ ਆ। ਤੈਂ ਤਾਂ ਪੜਦੇ ਨਾਲ ਤਿੰਨ ਭੜਕਾਏ, ਮੈਂ ਤੇਰੇ ਪੰਜ ਸੱਤ ਸ਼ਰਿਆਂ ਭੜਕਾਊਂਗਾ। ਮਾਫੀ ਸਾਹਿਬ ਬਹਾਦਰ। ਧਰਤੀ ਪੱਟ ਦੇ ਨੱਚ ਨੱਚ ਕੇ, ਕੁੜੀਆਂ ਨੇ ਤਾਂ ਬਥੇਰੀਆਂ ਰੌਣਕਾਂ ਲਾ ਦੇਣੀਆਂ, ਬਸ ਸਰਕਾਰ ਆਪਦੀ ਡਿਊਟੀ ਦਾ ਧਿਆਨ ਰੱਖੇ। ਚਲੋ ਆਓ ਕੁੜੀਓ, ਆ ਜਾਓ ਆ ਜਾਓ। ਕਾਟੋ ਜੀ ਤਾਂ ਹਵਾਈ ਕਰ ਗਈ ਯਾਰ, ਕਾਲਜ ਵਾਲਾ ਕੁਲਦੀਪ ਜਗਾ, ਕਬੂਤਰ ਵਾਲੀ ਬੋਲੀ ਪਾ। ਮੇਰੇ ਖਿਆਲ ਕੁੱਕੜ ਨਹੀਂ ਸੀ ਉਹ, ਹਾਂ ਸੱਚ ਕੁੱਕੜ ਵਾਲੀ, ਕੁੱਕੜ ਵਾਲੀ। ਹੋ ਚਿੱਟਾ ਕੁੱਕੜ ਬਣੇ ਰੇ ਤੇ, ਹੋ ਚਿੱਟਾ ਕੁੱਕੜ ਬਣੇ ਰੇ ਤੇ, ਹੋਏ ਅਸਾਂ ਤੈਨੂੰ ਇਹੋ ਦੱਸਣਾ। ਕੀ ਦੱਸਣਾ? ਇਹੋ ਦੱਸਣਾ ਨੀ ਚਿੱਟਾ ਕੁੱਕੜ ਬਣੇ ਰੇ ਤੇ। ਕਿਸੇ ਦੇ ਕਦੇ ਲੱਗਿਆ ਉਹ ਗੱਲ ਕਰਾ ਚਿੱਤ ਕਰਦੀ, ਤੇਰੇ ਵਰਗੇ ਕੇਸ਼ਕ ਬਿਮਾਰਾਂ ਨੂੰ ਜੁੱਤੀ ਮੇਰੀ ਸੈੱਟ ਕਰਦੀ। ਬਹੁਤਾ ਫਾਇਦਾ ਨੀ ਚੁੱਕੀਦਾ ਜੋਣ ਜੋਗਿਆ ਗਲੀ ਸਰਕਾਰੀ ਦਾ, ਉਹ ਜਿੱਥੇ ਹੋਵੇ ਨਾ ਕਿਸੇ ਨਾ ਤਾਲ ਗਲਦੀ, ਉਹ ਗੇੜਾ ਨਹੀਂ ਉਹ ਮਾਰੀ ਦਾ, ਹਾਏ ਗੇੜਾ ਨਹੀਂ ਉਹ ਮਾਰੀ ਦਾ, ਹੋਏ ਗੇੜਾ ਨਹੀਂ ਉਹ ਮਾਰੀ। ਸਲਾਬ ਫੜ ਜਾਂਦਾ ਜਦੋਂ ਨੀ ਪਤਾ ਸਾ, ਉਹ ਕਦੇ ਨਾ ਕੜਕ ਬੋਲਦਾ, ਨਾ ਸੁਣਦੀ ਖੇਤਾ ਚਿੱਟ ਟੀਰੀ ਨੀ, ਅੱਜ ਸੁਣ ਸੱਪ ਬੋਲਦਾ। ਬਸ ਕਰੋ, ਹੁਣ ਸਵੇਰੇ ਬਰਾਤ ਵੀ ਜਾਣਾ। ਚਲੋ ਗੁੱਡੋ ਸੌਂ। ਆ ਕੀ ਹੋ ਗਿਆ ਬਾਈ ਜੀ? ਆ ਤਾਂ ਲੱਗਦਾ ਟ੍ਰਾਂਸਫਾਰਮਰ ਫੁੱਕ ਗਿਆ।
ओ गबरू ओ ओ मुंडे ओ बस करो हुण सवेरे बरात भी जाना है चलो गुड्डो सोवो आ की हो गया भाई जी आ ता लगदा ट्रांसफार्मर फूक गया ए नवाई चन चढ़ गया ओ तोती ओ शेरिया सुखी हां जी मामा जी मल्ला मार जनरेटर नु हैंडल चंगा मामा जी सो जियो हुण चलो सो जियो भाई सारे बहुत नाच टपले की गल सुख तो है ਪਹਿਲਾਂ ਲਾਸ਼ ਨੂੰ ਕਿਹਨੇ ਵੇਖਿਆ ਸੀ ਅਸੀਂ ਵੇਖਿਆ ਸੀ ਜੀ ਨਾਲ ਦੀ ਨਾਲ ਸਿਰੀ ਨੂੰ ਥਾਣੇ ਭੇਜਤਾ 20-25 ਮਿੰਟ ਹੋਏ ਜੀ ਕੀ ਚੋਰੀ ਹੋਇਆ ਪਤਾ ਨਹੀਂ ਜੀ ਉਹ ਇੱਕ ਜਣਾ ਗਰਿੱਡ 'ਚ ਫੋਨ ਕਰਕੇ ਲੈ ਠੀਕ ਕਰਾਓ ਯਾਰ ਸਾਵਾਦਰ ਦੋ ਥਾਂ ਤੇ ਵਾਰ ਹੈ ਜੀ ਇੱਕ ਇੱਥੇ ਗਰਦਨ ਤੇ ਦੂਜਾ ਛਾਤੀ ਤੇ फोटोग्राफर ब्लॉक लाश का पंचनामा कराओ ठीक है जी प्याय भी सरपंच ने उतार भी सरपंच ने दी साबी वे साबी हाँ जी मामी जी वे सो जो सवेरे बरात भी चढ़नी है थोड़े मामे ने गुस्से होना फिर थोनू मामी जी आना है थले में फिर मेनू ना की हो बचाउनु ओ सो जो पुत बथेरा नच टप ले हाँ वे गल सुन साबी आ पुलिस वाले कर तो फिर दे थे वे थोड़े मामे ने गुस्से होना थोनू गाला खा लेनी तुसी अपने मामे तो आहो तेनू तो पता ना तेरे मामे दे सुभा दा किन्ना गर्म सुभा उन्ना दा डैडी की है डैडी नू डैडी सब तो जट के चले गए जनाब जो ट्रांसफार्म फुकया जी उस तो बाद असी जनरेटर चला लिया जी ते उस टाइम तेरे मामा जी कित्थे सी मामा जी उत्ते कमरे जाके सौ गए सी जी तकरीबन अद्धा घंटा साडा गाण बजान होर चलिया जी जनरेटर विच्चे बंद हो गया फिर साडा कुत्ता रौला पाई जा रहा सी जी ओ कुत्ता रौला नहीं पाउंदा हुंदा भौंकदा हुंदा ओही जनाब जनाब जो असी आके वेख्या तां जनरेटर की टंकी किसी ने फाड़ी हुई ते इत्थे खून डुल्या होया सीगा जी सानू शक होया जनाब असी उत्ते जाके वेख्या तां मामा जी ने भाणा वरत चुकिया सी सबल मारे वे टैंकी च इधर भी ही है वे हाँ जी रस्ता है जी इधर गेट का भी है कि इधरले पासे साडू ही थां है जी इधर रूड़ी है
इधर तो कोई बहुत बकरी टाल जा बकवास ना मार चल इधर जनाब जी मुंशी जी साहब बहादुर मैं परिवार के मैंबरों तो पुछगिछ करने की कोशिश की थी ज्यादातर तो रोण धोन च मसरूफ ने जेडे दो चार दसण के काबल से उन्होंने मुताबक किसी कोई शक तो नहीं बनता हाँ एक अद्ध खड़ उम्र की मेलन जरूर लभी है कोई दसण की कोशिश करती है पर मेरे तो कुछ पल्ले प्यार ही मूँह च गुण गुण जहा करी जाती है तुम पुछ के वेख लो जो दस दी है हाँ जी दसो जी इधर ना जी ट्रांसफार्मर ते ना मिठू चढ़िया होया बिजली ठीक करदा जी हाँ जी दसो उधर गली च लम्मा अवली गाला कढ़दा सी जी किन्ने क बजे अद्धा पौना घंटा पहला बुलाओ भी लंबे अमली नू ठीक है साहब उधर ਉਹ ਜਨਾਬ ਤਫਤੀਸ਼ ਵਾਸਤੇ ਚਾਰਾਂ ਸੈੱਲਾਂ ਵਾਲੀ ਬੈਟਰੀ ਠੀਕ ਰਹਿੰਦੀ ਆ ਅਦੋਂ ਵਾਲੀ ਵੀ ਚੱਲ ਜਾਂਦੀ ਚੱਲ ਸਿੱਧਾ ਹੋ ਕੇ ਤਾਂ ਗੱਲ ਸੁਣ ਹੁਣ ਠੀਕ ਠੀਕ ਦੱਸਦੀ ਤੈਨੂੰ ਮੈਂ ਦੱਸਦੀ ਗੱਲ ਜੇ ਕਿ ਲੁਕੋ ਰੱਖਿਆ ਨਾ ਜਾਂਦਾ ਰਹੀ ਪਿੱਛੇ ਆ ਜਨਾਬ 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 ਸੌਣ ਲੱਗੇ ਜੀ ਮੈਂ ਕੁਛ ਨੀ ਕੀਤਾ ਜੀ ਉਹ ਤਾਂ ਤੇਰਾ ਚੌਕਟਾ ਹੀ ਦੱਸਦਾ ਤੂੰ ਸਾਰੀ ਉਮਰ ਕੁਛ ਨੀ ਕੀਤਾ ਪਰ ਜਿਹੜੇ ਹਿਸਾਬ ਨਾਲ ਬੈਠਾ ਹੁਣ ਜ਼ਰੂਰ ਕੁਛ ਨਾ ਕੁਛ ਕਰ ਦੇਗਾ ਖੜਾ ਓਏ ਉੱਠਣ ਕਰਕੇ ਉੱਠੇਗਾ ਉਹ ਰੱਬ ਦਾ ਵਾਸਤਾ ਜੇ ਕੁਝ ਦੇਖਿਆ ਸਾਨੂੰ ਦੱਸ ਤਫਤੀਸ਼ ਚ ਮਦਦ ਕਰ ਤੇ ਸਾਨੂੰ ਰਾਹੇ ਪਾ ਹੁਣੇ ਪਾ ਦਿੰਦੇ ਆ ਜਨਾਬ ਜਨਾਬ ਮੈਂ ਉੱਥੇ ਜੇ ਖੜਾ ਸੀ ਜੀ ਆਪਦੇ ਸੁਭਾਅ ਮੁਤਾਬਕ ਜੀ ਮੈਂ ਪਿੰਡ ਵਾਲਿਆਂ ਨੂੰ ਨਸੀਹਤਾਂ ਦੇ ਰਿਹਾ ਸੀ ਨਸੀਹਤਾਂ ਤੂੰ ਸਵਾਹ ਦਿੰਦਾ ਹੋਏਗਾ ਖੜਾ ਗਾਲਾਂ ਕੱਢਦਾ ਹੋਏਗਾ ਲੋਕਾਂ ਨੂੰ ਉੱਥੇ ਨਸੀਹਤਾਂ ਦਿੰਦਾ ਜਦੋਂ ਕੋਈ ਬੰਦਾ ਕਿਸੇ ਨੂੰ ਵਿਆਹ ਤੇ ਨਾ ਸੱਦੇ ਉਦੋਂ ਉਹਨੇ ਗਾਲਾਂ ਹੀ ਕੱਢਣੀਆਂ ਜੀ ਹੋਰ ਕੀ ਕਰਨਾ ਜਨਾਬ ਤੂੰ ਗੱਲ ਦੱਸ ਗੱਲ ਇਹ ਆ ਜਨਾਬ ਰੇਡੂ ਸਰਪੰਚ ਅਗਰ ਅੱਜ ਮੈਂ ਬਾਹਰ ਬਾਹਰ ਨਿਕਲਾ ਅਖੇ ਮੈਂ ਖਾਨਾ ਅਖੇ ਮੈਂ ਪੀਨਾ ਅਖੇ ਉਹ ਆਪਦੇ ਪੈਸੇ ਦੀ ਖਾਈਦੀ ਆ ਆਪਦੇ ਪੈਸੇ ਦੀ ਪੀਦੀ ਆ ਤੁਹਾਡੇ ਘਰੋਂ ਖਾਨਾ ਪੀਨਾ ਬਣਿਆ ਫਿਰਦਾ ਵੱਡਾ ਸਰਪੰਚ ਵੱਡਾ ਸਰਪੰਚ ਰੇਡੂ ਸਰਪੰਚ मैं वेख्या जनाब एक वट्टा सारा मुंडा ओदे हाथ ते सबल दोनों ते सबल पूरी लोह ना लिपड़ी हुई सी ओ मेरे वल आ रहा सी मैं उन्हूं वेख के डर गया जनाब मैं लोक गया जी वो मेरे कोल दी लंघ गया जी अगर जनाब ओदा मोटरसाइकिल खड़ा सी और किक मारी ते तितर हो गए जी बस जनाब मैं तो इन्ना की कुछ देखा जी ਇੱਥੇ ਖੜਾ ਕੀਤਾ ਹੋਣਾ ਜੀ ਮੋਟਰਸਾਈਕਲ ਹਾਂ ਜੀ ਇੱਥੇ ਖੜਾ ਕੀਤਾ ਸੀ ਜੀ ਬੈਂਡ ਦਾ ਨਿਸ਼ਾਨ ਫੜ ਜੋ ਬਾਕੀ ਇੱਥੇ ਆ ਜਾਂਦਾ ਜੀ ਅੱਗੇ ਟਾਇਰ ਦਾ ਨਿਸ਼ਾਨ ਉਹ ਸੀ ਟਾਇਰ ਦਾ ਨਿਸ਼ਾਨ ਇੱਥੋਂ ਮੁੜਿਆ ਖੱਬੇ ਨੂੰ ਉਹ ਪਿੱਛੇ ਹੋ ਜਾ ਇੱਥੋਂ ਗਿਆ ਖੱਬੇ ਬੂਟਾ ਸਿਆਂ ਜੀ ਸਾਹਿਬ ਬਹਾਦਰ ਇਹਨੂੰ ਮੰਜੇ ਨਾਲ ਢੱਕ ਦੇ ਜੀ ਜਨਾਬ ਤੇ ਪੱਲੀ ਪਾ ਦੇ ਉੱਤੇ ਜੀ ਜਨਾਬ ਸਾਹਿਬ ਬਹਾਦਰ ਗਾਹਾਂ ਦੀ ਹੀ ਪੱਕੀ ਸ਼ੁਰੂ ਹੋ ਗਈ
ਅੱਗੋਂ ਪੈਰ ਪੂਰ ਨਹੀਂ ਲੱਭਣੀ ਕੁਛ। ਰੋਡਾ ਸਰਪੰਚ ਪਿੰਡ ਦੇ ਲੋਕਾਂ ਵਾਸਤੇ ਬਹੁਤ ਵਧੀਆ ਸੀ ਨਰਾਤਾ ਆਰਾਮ ਜੀ। ਲੱਗਦਾ ਪੀਤੂ ਤਾਏ ਤੱਕ ਵੀ ਖਬਰ ਪਹੁੰਚ ਗਈ। ਲੋੜਾ ਆ ਗਿਆ ਜੀ, ਲੋੜਾ ਆ ਗਿਆ। ਬਾਬਾ ਜੀ ਘੰਟਾ ਕੁ ਪਹਿਲਾਂ ਇੱਥੋਂ ਕੁਛ ਲੰਘਿਆ ਸੀ। ਹਾਂ ਲੰਘਿਆ ਸੀ, ਉਹ ਤਾਂ ਇੱਧਰੋਂ ਕੋਈ ਕੋਈ ਵਾਹਨ ਨਹੀਂ ਲੰਘਦਾ। ਅੱਛਾ, ਪਰ ਟਿੱਕੀ ਰਾਤ ਲੰਘਿਆ ਸੀ, ਮੇਰਾ ਮੱਥਾ ਵੀ ਠਣਕਿਆ ਸੀ। ਫੇਰ ਕੀ, ਇਹਨਾਂ 'ਚ ਪਿੰਡ 'ਚ ਰੌਲਾ ਪੈ ਗਿਆ, ਸਰਪੰਚ ਮਰ ਗਿਆ, ਸਰਪੰਚ ਮਰ ਗਿਆ। ਬਾਬਾ ਮੋਟਰਸਾਈਕਲ ਕਿਹੜਾ ਸੀ? ਕਿਉਂ ਇਹਨੂੰ ਟਿੱਚਰਾਂ ਕਰਦਾ, ਮੈਂ ਕੀ ਜਾਣਾ ਕਿਹੜਾ ਮੋਟਰਸਾਈਕਲ ਸੀ। ਪਰ ਹਾਂ, ਜੇ ਇੱਕ ਵਾਰੀ ਤੁਸੀਂ ਉਸ ਮੋਟਰਸਾਈਕਲ ਦੀ ਆਵਾਜ਼ ਮੈਨੂੰ ਸੁਣਾ ਦਿਓ ਤਾਂ ਮੈਂ ਝੱਟ ਸਿਆਣ ਕੇ ਦੱਸ ਦਿਆਂਗਾ ਕਿ ਆਹ ਸੀ। ਕਾਬੂ ਸਿੰਘ ਜੀ ਸਰ, ਆਪਣੇ ਪਿੰਡ 'ਚ ਜਿੰਨੇ ਵੀ ਅੱਡ ਅੱਡ ਤਰ੍ਹਾਂ ਦੇ ਮੋਟਰਸਾਈਕਲ ਨੇ ਸਾਰੇ ਲੈ ਕੇ ਸਵੇਰੇ ਇੱਥੇ ਖੜੇ ਕਰੋ। ਜੀ ਸਰ, ਬਾਤ ਕਾਬੂ ਸਿੰਘ ਜੀ ਸਰ, ਆਪਣੇ ਪਿੰਡ 'ਚ ਜਿੰਨੇ ਵੀ ਅੱਡ ਅੱਡ ਤਰ੍ਹਾਂ ਦੇ ਮੋਟਰਸਾਈਕਲ ਨੇ ਸਾਰੇ ਲੈ ਕੇ ਸਵੇਰੇ ਇੱਥੇ ਖੜੇ ਕਰੋ। ਜੀ ਸਰ, ਬਾਤ ਵੀਰ ਜੀ, ਚਾਹੇ ਕੁਛ ਵੀ ਹੈ, ਸਰਪੰਚ ਸਾਹਿਬ ਨੇ ਪਿੰਡ ਲਈ ਕੀਤਾ ਬਹੁਤ ਹੈ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਭੈਣ ਜੀ, ਸਰਪੰਚ ਬੰਦਾ ਭਲਾ ਮਾਨ ਸੀ। ਊਂ ਵੀਰ ਜੀ, ਤੁਹਾਨੂੰ ਕੀ ਲੱਗਦਾ ਹੈ, ਭਲਾ ਕਾਤਲ ਫੜੇ ਜਾਣਗੇ ਘੰਟਿਆਂ 'ਚ? ਥੋੜਾ ਹਿਸਾਬ ਨਾਲ। ਸ਼ੁਕਰ ਕਰ, ਮੈਂ ਮਿੰਟਾਂ 'ਚ ਨਹੀਂ ਕਿਹਾ, ਸਵਾ ਘੰਟਿਆਂ 'ਚ। ਸਾਰਾ ਦਿਨ ਤਾਂ ਤੁਹਾਡਾ ਸਾਹਿਬ ਬਹਾਦਰ ਬੈਠਾ ਜਸੂਸੀ ਨੋਵਲ ਪੜ੍ਹਦਾ ਰਹਿੰਦਾ, ਔਰ ਤੁਹਾਡੇ ਕੋਲ ਤਾਂ ਪਿੰਡ 'ਚ ਗੁਆਚੀ ਗਾਂ ਨਾ ਲੱਭੀ ਜਾਵੇ। ਆਖੇ ਕਾਤਲ ਲੱਭਣਾ ਇਹਨਾਂ ਨੇ। ਉਹ ਤੋਂ ਬਹੁਤੀਆਂ ਗੱਲਾਂ ਨਾ ਮਾਰ, ਉਹ ਸਾਨੂੰ ਜਾਣਦੀ ਨਹੀਂ। ਦੋ ਦਿਨਾਂ 'ਚ ਕਾਤਲੋ ਹਵਾਲਾ ਦੀਆਂ ਪੱਲੀਆਂ ਤੇ ਬੈਠਾ ਹੋਊਗਾ। ਠੀਕ ਹੈ, ਸ਼ਰਤ ਲੱਗੀ, ਜੇ ਨਾ ਨਾ ਬੈਠਾ ਹੋਇਆ ਫਿਰ ਉਹਨਾਂ ਪੱਲੀਆਂ ਦੀ ਬੁੱਕਲ ਮਾਰ ਕੇ ਸਾਜਰੇ ਸਾਜਰੇ ਦਫਾ ਹੋ ਜਾਓ ਇੱਥੋਂ। ਠੀਕ ਹੈ, ਰਹੀ ਸ਼ਰਤ, ਤੇ ਜੇ ਅਸੀਂ ਦੋ ਦਿਨਾਂ 'ਚ ਕਾਤਲ ਫੜ ਲਿਆ ਤੇ ਫਿਰ ਅਸੀਂ ਇੱਥੇ ਹੀ ਰਹਾਂਗੇ ਤੇ ਪੱਕਾ ਘਰ ਸਮਝ ਕੇ ਰਹਾਂਗੇ। ਠੀਕ ਹੈ, ਮਨਜ਼ੂਰ ਹੈ ਜਨਾਬ। ਪੁੱਟੀ ਵਰਕਣ ਵਾਲੀ ਗੱਲ ਵੀ, ਨਾਲੇ ਆਪਣੀਆਂ ਲੋਤਰ ਵਾਲਾ ਟੇਬਰਗੜ ਬੰਦ ਰੱਖਿਆ ਕਰ, ਸਾਰਾ ਦਿਨ ਟੈਂਟਾ ਟੈਂਟਾ ਕਰਦੀ ਰਹਿਣੀ ਹੈ। ਸਾਲਾ ਜਿਹੜਾ ਜੀ ਆ ਆਪਣੀ ਪਗਾ ਕੇ ਗਾਹ ਹੁੰਦਾ, ਮੁਨਸ਼ੀ ਸਵਾ ਛਾਣੇ ਦੀ ਮਾਂ ਹੁੰਦਾ। ਕਿੰਨਾ ਟਾਈਮ ਹੋ ਗਿਆ ਲੱਭਦਾ ਹੋਏ ਨੂੰ? ਸਾਹਿਬ ਕੱਲ ਰਾਤ ਸੇ ਹੈ। ਤਾਂ ਫਿਰ ਕੱਲ ਨੂੰ ਆਇਓ, ਚਲੋ ਚਲੋ। ਪਰ ਜਨਾਬ ਭਗਵਾਨ ਨਾ ਕਰੇ ਕੱਲ ਤੱਕ ਕੁਛ ਹੋ ਗਿਆ ਤੋ। ਉਹ ਘੱਟੋ ਘੱਟ 24 ਘੰਟੇ ਤਾਂ ਹੋ ਲੈਣ ਦਿਓ, ਕੀ ਪਤਾ ਬਿਹਾਰ ਨੂੰ ਭੱਜ ਗਿਆ ਹੋਵੇ। ਨਾਲੇ ਅੱਜ ਕੱਲ ਸਾਡੇ ਕੋਲ ਛੋਟੇ ਛੋਟੇ ਕੇਸਾਂ ਲਈ ਟਾਈਮ ਹੈ ਨੀ, ਅੱਜ ਕੱਲ ਇੱਥੇ ਕਤਲਾਂ ਦੇ ਕੇਸ ਸੁਲਝਾ ਜਾਂਦੇ ਆ। ਚੱਲ ਤਿੱਤਰ ਨਿਕਲੋ, ਕਿੱਧਰ ਹੋ ਜਾਓ। ਅੱਛਾ ਸਰ, ਚੱਲ ਵੀ ਬੂਟਿਆ ਬੈਠ ਗੱਡੀ 'ਚ। ਸਪੀਡ ਸਾਰਿਆਂ ਦੀ 20 ਤੋਂ 30, ਗੇਅਰ ਦੂਜਾ, ਕੱਲੇ ਕੱਲੇ ਕਰਕੇ ਪਿੱਛੇ ਚੱਲਿਓ। ਠੀਕ ਹੈ ਜਨਾਬ, ਅਸੀਂ ਉੱਥੇ ਜਾਣੇ। ਚੱਲ ਗਾ ਉਹਲਾ ਜੀ, ਚਲੋ ਪਿੱਛੇ ਪਿੱਛੇ ਹਟ ਜਾਓ, ਪਿੱਛੇ ਹਟ ਜਾਓ, ਚਲੋ ਵੀ ਪਿੱਛੇ ਪਿੱਛੇ ਹਟੋ, ਸਾਰੇ ਪਿੱਛੇ ਪਿੱਛੇ ਹਟੋ। ਆਓ ਆ ਜਾ ਬਈ, ਤੂੰ ਪਿੱਛੇ ਨੂੰ ਆ ਜਾ, ਤੂੰ ਡੀਸੀ ਲੱਗਿਆ, ਮੈਂ ਤੈਨੂੰ ਵੀ ਕਿਹਾ ਪਿੱਛੇ ਨੂੰ ਹਟ। ਜਨਾਬ ਮੈਂ ਤਾਂ ਤੁਹਾਡੀ ਮਦਦ ਵਾਸਤੇ ਖੜਾ, ਕਈ ਵਾਰ ਪਿੰਡ ਵਾਲੇ ਐਵੇਂ ਝਮਲੌਟ ਕਰਨ ਲੱਗ ਪੈਂਦੇ ਆ, ਐਵੇਂ ਕੋਈ 3-5 ਕਰੇ, ਮੈਂ ਤਾਂ ਖੜਾ ਨਾ। 3-5 ਰੋਕਣ ਨੂੰ ਪੁਲਿਸ ਮਰ ਗਈ ਆ। ਇਹ ਵੀ ਠੀਕ ਆ, ਸਰ ਇੰਨੇ ਚੋਕਰੀ ਤਾਂ ਹੈਗੀ ਆ ਪੁਲਿਸ। ਤੂੰ ਮੈਥੋਂ ਕਿਤੇ ਆਪਣੀ ਕੁੰਡਲੀ ਨਾ ਪੜਵਾ ਲਈ, ਚੱਲ ਦਫਾ ਹੋ ਪਿੱਛੇ ਨੂੰ। ਉਹ ਕੁੰਨੇ, ਚਲੋ ਪਿੱਛੇ ਤਫਤੀਸ਼ ਕਰਨ ਦਿਓ, ਇਕੱਠੇ ਮੋਟਰਸਾਈਕਲ ਸਟਾਰਟ ਕਰ ਲਿਓ, ਆਵਾਜ਼ ਨਹੀਂ ਸਮਝ ਆਉਣੀ। ਫਿਰ ਕਾਬਲਾ ਬਾਪੂ ਕੋਲ ਬਹਿ ਜਾ ਕੇ। ਠੀਕ ਹੈ ਜੀ, ਹਾਂਜੀ ਸਾਹਿਬ, ਬਾਦਰ ਭੇਜੀਏ ਫਿਰ ਭੇਜ ਦਿਓ।
ਦੱਸਾਂ ਦੱਸਣ ਨੂੰ ਕੁਝ ਹੋਵੇ ਤਾਂ ਦੱਸਾਂ ਕਿ ਐਵੇਂ ਬੋਲੀ ਜਾਵਾਂ ਬਾਬਾ ਦੱਸ ਉਹ ਮੈਂ ਐਵੇਂ ਕਿੱਦਾਂ ਕਿਸੇ ਦਾ ਨਾਂ ਲੈ ਦਿਆ ਮੈਂ ਕਿਹੜੀ ਪੁਲਿਸ ਤੋਂ ਰਿਸ਼ਵਤ ਖਾਧੀ ਆ ਅਗਲਾ ਭੇਜੋ ਯਾਰ ਲੈ ਵੀ ਕਾਬਲ ਸਿਆ ਇਹਦੇ ਨਾਲ ਦੇ ਆਪਣੇ ਪਿੰਡ ਜਿੰਨੇ ਵੀ ਮੋਟਰਸਾਈਕਲ ਨੇ ਸਾਰੇ ਲਿਆ ਕੇ ਦੁਪਹਿਰ ਤੀ ਉੱਥੇ ਖੜੇ ਕਰੋ ਠੀਕ ਹੈ ਜੀ ਅੰਦਰ ਓਏ ਚਾਚਾ ਐਨੂੰ ਕਹਿੰਦੇ ਆ ਦਿਮਾਗ ਐਵੇਂ ਨੀ ਬੰਦਾ ਥਾਣੇਦਾਰ ਬਣਦਾ ਕਾਬੂ ਸਿੰਘ ਹਾਂਜੀ ਹਾਂਜੀ ਇੱਕ ਲਾਸ਼ ਮਿਲੀ ਹੈ ਜੀ ਸੁਸਾਈਡ ਦਾ ਕੇਸ ਲੱਗ ਬੰਦਾ ਕੌਣ ਹੈ ਦੱਸ ਦੇਣਾ ਜੀ ਦੋ ਮਿੰਟ ਬੰਦਾ ਆਹੀ ਹੈ ਪਤਾ ਕਰੋ ਇਹਦਾ ਠੀਕ ਹੈ ਲਾਸ਼ ਤਾਂ ਪੂਰੀ ਤਰ੍ਹਾਂ ਖਤਮ ਹੈ ਜਨਾਬ ਪਰ ਕੋਲ ਖੜੀ ਅਪਾਜ ਸਾਈਕਲੀ ਤੋਂ ਅੰਦਾਜ਼ਾ ਲੱਗਦਾ ਬਈ ਇਹ ਜਰਨੈਲ ਸਿੰਘ ਹੀ ਸੀ ਪਿਛਲੇ ਕਾਫੀ ਸਮੇਂ ਤੋਂ ਨਾ ਘੜਾਣੀ ਖੁਰਦ ਰਹਿ ਰਿਹਾ ਸੀ ਤੇ ਇੱਥੇ ਆਪਣੇ ਘੜਾਣੀ ਕਲਾਂ ਇਹਦੀ ਦੁਕਾਨ ਸੀ ਪੇਸ਼ੇ ਵਜੋਂ ਦਰਜੀ ਸੀ ਜਨਾਬ ਪਰ ਵਿਚਾਰਾ ਲੱਤੋਂ ਲੰਗੜਾ ਸੀ ਪਰਿਵਾਰ ਵਿੱਚ ਇਹਦੇ ਅੱਗੇ ਪਿੱਛੇ ਕੋਈ ਨਹੀਂ ਸੀ ਜਨਾਬ ਮੈਨੂੰ ਲੱਗਦਾ ਗਰੀਬੀ ਤੇ ਇਕੱਲੇਪਣ ਤੋਂ ਅੱਕ ਕੇ ਨਾ ਇਹਨੇ ਖੁਦਕੁਸ਼ੀ ਕਰ ਲਈ ਹੈ ਜਨਾਬ ਮੇਰਾ ਅੰਦਾਜ਼ਾ ਤਾਂ ਇਹੀ ਹੈ ਚੱਲ ਕੋਈ ਨਹੀਂ ਜਾ ਕੇ ਦੇਖਦੇ ਹਾਂ ਠੀਕ ਹੈ ਜੀ ਜਿਹੜੇ ਪਿੰਡ ਚ ਪਿਛਲੇ ਤਿੰਨ ਚਾਰ ਸਾਲਾਂ ਚ ਕੋਈ ਨਿੱਕੀ ਮੋਟੀ ਵਾਰਦਾਤ ਵੀ ਨਹੀਂ ਹੋਈ ਇੱਕੋ ਰਾਤ ਚ ਇੱਕ ਕਤਲ ਤੇ ਇੱਕ ਆਤਮ ਹੱਤਿਆ ਕੁਝ ਸਮਝ ਨਹੀਂ ਆ ਰਿਹਾ ਗੱਲ ਤਾਂ ਸੋਚਣ ਦੀ ਹੈ ਜਨਾਬ ਸੁਚਿੱਤਰ ਸਿੰਘ ਜੀ ਰੇਲ ਵਾਲਿਆਂ ਨੂੰ ਇਹਦੇ ਬਾਰੇ ਦੱਸ ਦਿਓ ਇਹ ਉਹਨਾਂ ਦਾ ਮਾਮਲਾ ਹੈ ਠੀਕ ਹੈ ਸਾਹਿਬ ਬਾਦਲ ਜਨਾਬ ਉਹ ਪਤਾ ਲੱਗ ਗਿਆ ਜੀ ਉਹ ਲੰਬੜਦਾਰਾਂ ਦਾ ਸੀਰੀ ਸੀ ਮੋਟਰਸਾਈਕਲ ਦੇ ਉੱਤੇ ਤੇ ਉਹਨਾਂ ਦੀ ਮੋਟਰ ਦੇ ਉੱਤੇ ਮੈਨੂੰ ਸੱਬਲ ਮਿਲੀ ਆ ਖੂਨ ਦੇ ਨਾਲ ਲਿਬੜੀ ਹੋਈ ਮੈਂ ਲੰਬੜਦਾਰ ਨੂੰ ਤਾਂ ਬਿਠਾਇਆ ਚੌਂਕੀ ਦੇ ਵਿੱਚ ਉਹਦਾ ਮੁੰਡਾ ਫਰਾਰ ਹੈ ਜੀ
ਲੰਬੜਦਾਰ ਸਾਹਿਬ ਜਿਵੇਂ ਕਹਿੰਦੇ ਹੁੰਦੇ ਆ ਕਿ ਕਾਨੂੰਗੋ ਤਹਿਸੀਲਦਾਰ ਦੀ ਸੱਜੀ ਬਾਂਹ ਹੁੰਦਾ, ਇਸੇ ਤਰ੍ਹਾਂ ਮੁਨਸ਼ੀ ਥਾਣੇ ਦੀ ਮਾਂ ਹੁੰਦਾ ਤੇ ਪੁੱਤ ਮਾਂ ਤੋਂ ਕਦੋਂ ਤੱਕ ਆਪਣੀਆਂ ਕਰਤੂਤਾਂ ਲੁਕੋ ਲੂ? ਸਹੀ ਹੈ। ਜਰਾ ਦੱਸੋ ਤਾਂ ਕਿਹੜੇ ਸਾਲ ਜੰਮਿਆ ਸੀ ਉਹ? 1972 ਚ। ਗੱਲ ਸੁਣ ਲੈ, ਟਾਈਮ ਪਤਾ ਕਿਹੜੇ ਵੇਲੇ ਪਧਾਰਿਆ ਸੀ? ਪੁਲਿਸ ਵਾਲੇ ਮਾੜਾ ਮੋਟਾ ਖੁੱਟਦੇ ਹੁੰਦੇ ਆ, ਊਂ ਵੀ ਨਾ ਕਰਦੀ। ਤੂੰ ਕਿਹੜਾ ਵਕੀਲ ਹੈ? ਫੜ ਜੂੰਗਾ, ਸਮਝ ਗਿਆ? ਲਓ ਜੀ, ਕੁੰਡਲੀ ਤਾਂ ਹੋ ਗਈ ਕਾਕਾ ਜੀ ਦੀ ਤਿਆਰ, ਉਸ ਮੁਤਾਬਕ ਰਾਸ਼ੀ ਬਣਦੀ ਆ ਉਹਦੀ ਕਰਕ। ਓਏ ਹੋਏ 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 ਹੋਏ, ਓਏ ਕਤਲ ਕੇਸ ਤਾਂ ਆਪੇ ਪੈਣਾ ਸੀ। ਹੁਣ ਤੁਸੀਂ ਆਪ ਹੀ ਦੱਸੋ, ਕੇਤੂ ਮੰਗਲ ਲਗਨ ਚ ਬੈਠੇ ਆ। ਜਨਾਬ ਇਹ ਕਿਹੜਾ ਮੈਂ ਬਿਠਾਇਆ ਜੀ? ਭਾਵੇਂ ਤੁਸੀਂ ਬਿਠਾਇਆ ਭਾਵੇਂ ਆਪ ਬੈਠੇ ਆ, ਪਰ ਕੇਸ ਤਾਂ ਖੜਾ ਹੋ ਗਿਆ ਨਾ। ਮੇਰੀ ਜੋਤਿਸ਼ ਵਿਦਿਆ ਇਹ ਕਹਿੰਦੀ ਆ ਕਿ ਚੰਦਰ ਕਰਕ ਰਾਸ਼ੀ ਵਿੱਚ ਆਪਣੇ ਘਰੇ। ਦੇਖੋ ਜੀ ਨੰਬਰਦਾਰ ਸਾਹਿਬ, ਸਾਨੂੰ ਮੌਕਾ ਹੀ ਵਾਰਦਾਤ ਤੇ ਤੁਹਾਡੇ ਮੁੰਡੇ ਦੇ ਖਿਲਾਫ਼ ਸਬੂਤ ਬਰਾਮਦ ਹੋਇਆ, ਤੇ ਜਿਹੜੇ ਹਥਿਆਰ ਨਾਲ ਕਤਲ ਹੋਇਆ ਉਹ ਹਥਿਆਰ ਵੀ ਸਾਨੂੰ ਤੁਹਾਡੀ ਮੋਟਰ ਤੋਂ ਬਰਾਮਦ ਹੋਇਆ। ਪੁਲਿਸ ਨੇ ਤੁਹਾਡੇ ਮੁੰਡੇ ਨੂੰ ਫਰਾਰ ਹੋਏ ਨੂੰ ਕਾਬੂ ਕੀਤਾ। ਜਨਾਬ ਜਦ ਪੁਲਿਸ ਨੇ ਮੇਰੇ ਮੁੰਡੇ ਦਾ ਨਾਂ ਹੀ ਲਿਆ ਤਾਂ ਫਿਰ ਕਿੱਥੇ ਤਾਂ ਡਰਦੇ ਮਾਰੇ ਲੁਕਣਾ ਹੀ ਸੀ। ਨਾਲੇ ਜੀ ਉਹ ਕਿਹੜੇ ਪਿੰਡ ਛੱਡ ਕੇ ਭੱਜਿਆ? ਮੈਂ ਉਹਦਾ ਪਿਓ ਹਾਂ ਜੀ, ਹੁਣ ਚੰਗੀ ਤਰ੍ਹਾਂ ਜਾਣਦਾ। ਬੇਸ਼ੱਕ ਉਹ ਗੁੱਸੇ ਵਾਲਾ ਪਰ ਕਤਲ ਨਹੀਂ ਕਰ ਸਕਦਾ। ਇਹ ਤਾਂ ਤੁਹਾਡੇ ਕਹਿਣ ਦੀਆਂ ਗੱਲਾਂ ਨੇ ਜੀ, ਪਰ ਪੁਲਿਸ ਨੇ ਤਾਂ ਆਪਣੀ ਤਫਤੀਸ਼ ਕਰਨੀ ਆ ਨਾ। ਹਾਂ ਜਨਾਬ, ਆਹ ਠੀਕ ਹੈ ਜੀ। ਦੇਖੋ ਬਈ, ਸਾਹਿਬ ਨੂੰ ਆਪਦੀ ਕਾਰਵਾਈ ਕਰਨ ਦਿਓ। ਤੂੰ ਬਹਿ ਜਾਣਾ ਕੁੰਨਿਆ, ਸਾਹਿਬ ਨੇ ਉੱਤੇ ਜਵਾਬ ਦੇਣਾ। ਕਿਉਂ ਜਨਾਬ? ਪਰ ਭਰਾਵੋ, ਗ੍ਰਹਿਆਂ ਦੀ ਦਸ਼ਾ ਤਾਂ ਇਹ ਕਹਿੰਦੀ ਆ ਕਿ ਚੰਦਰ ਕਰਕ ਰਾਸ਼ੀ ਚ ਆਪਣੇ ਘਰੇ ਬੈਠਾ। ਸੋ ਮੁੰਡਾ ਭਾਵੇਂ ਗੁੱਸੇ ਵਾਲਾ, ਪਿਓ ਦੇ ਕਹਿਣੇ ਚ ਨੀ ਨਸ਼ੇ ਪੱਤੇ ਕਰਦਾ, ਪਰ ਉਹ ਕਾਤਲ ਨਹੀਂ ਹੋ ਸਕਦਾ। ਪਾਂਡਾ ਜੀ, ਹੁਣ ਤੁਹਾਡੀਆਂ ਕੁੰਡਲੀਆਂ ਦੇ ਹਿਸਾਬ ਨਾਲ ਲਾ ਚੱਲੂਗਾ ਜੇ। ਜਨਾਬ ਚੱਲਦਾ ਤਾਂ ਚਲਾ ਕੇ ਵੇਖ ਲੋ ਖਬਰੇ। ਤੈਨੂੰ ਕੀ ਪਤਾ ਲਾ ਬਾਰੇ? ਬਹਿ ਜਾ। ਓਏ ਹਾਂ ਠੀਕ ਹੈ, ਨਾਲ ਆਏ ਆ, ਗੱਲ ਤਾਂ ਕਰਨੀ ਆ। ਠੰਡਾ। ਹਾਂ ਵੀ ਪਤਵੰਤੇ ਸੱਜਣੋ, ਹੁਣ ਤੁਸੀਂ ਆਪਣੇ ਆਪਣੇ ਘਰੇ ਤਸ਼ਰੀਫ ਵਾਪਸ ਲੈ ਜਾਓ ਤੇ ਸਾਨੂੰ ਕੁੰਡਲੀ ਦੇ ਮੁਤਾਬਕ, ਮੇਰਾ ਮਤਲਬ ਕਾਨੂੰਨ ਦੇ ਮੁਤਾਬਕ ਕਾਰਵਾਈ ਕਰਨ ਦਿਓ। ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਕਿਸੇ ਨਾਲ ਵੀ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣ ਦੇਵਾਂਗੇ। ਚਲੋ ਸ਼ਾਬਾਸ਼, ਵਧੋ। ਸਤਿ ਸ੍ਰੀ ਅਕਾਲ ਜੀ। ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਮੁੰਦਰਾਂ ਦੇ ਵਿੱਚੋਂ ਤੇਰਾ ਮੂੰਹ ਦਿਸਦਾ ਹਵੇ, ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ ਹਵੇ, ਮੈਂ ਜਿਹੜੇ ਪਾਸੇ ਦੇਖਾਂ ਮੈਨੂੰ ਤੂੰ ਦਿਸਦਾ। ਦੇਖਾਂ ਮੈਨੂੰ ਤੂੰ ਦਿਸਦਾ ਹਵੇ, ਮੈਂ ਚਲੋ ਦੁਬਾਰਾ ਦੁਬਾਰਾ ਰੋਟੇ। ਸਰਪੰਚ ਨਾਲ ਦੁਸ਼ਮਣੀ ਕੀ ਸੀ? ਮਾਰਿਆ ਕਿਵੇਂ ਆ ਪੁੱਤ? ਜਨਾਬ ਲੱਤਾਂ ਬੀਜ ਜਾਣਗੀਆਂ ਜੀ ਇਹਦੀਆਂ, ਤੇਰੇ ਤੇ ਲਾਦਾ। ਰਾਜੇ ਰਾਜੇ, ਇਸ ਮਾਹੌਲ ਦੇ ਵਿੱਚ ਬੋਲੀਆਂ ਤਾਂ ਨਹੀਂ ਪੈ ਸਕਦੀਆਂ, ਵਹਿਣ ਜ਼ਰੂਰ ਪੈ ਸਕਦੇ ਆ। ਤੁਸੀਂ ਇੱਕ ਮਿੰਟ ਰੁਕੋ ਸਰ ਜੀ, ਇਹਨਾਂ ਨਾਲ ਹਿਸਾਬ ਤਾਂ ਮੈਂ ਕਰਦੀ ਹਾਂ। ਸਾਹਿਬ ਆਦਰ, ਹਰੇਕ ਤਰੀਕੇ ਨਾਲ ਪੱਧਰ ਕਰਕੇ ਦੇਖ ਲਿਆ, ਇਹ ਤਾਂ ਮੂੰਹ ਖੋਲਦਾ ਨਹੀਂ। ਉਹ ਤੁਹਾਨੂੰ ਕੋਈ ਸ਼ਰਮ ਸ਼ੁਰਮ ਹੈ ਕਿ ਨਹੀਂ? ਐਵੇਂ ਬੇਇੱਜ਼ਤੀ ਤੋਂ ਬਚਣ ਦੇ ਮਾਰਿਆਂ ਨੇ ਵਿਚਾਰੇ ਬੇਕਸੂਰ ਨੂੰ ਬੰਦ ਕਰਤਾ, ਔਰ ਤੁਸੀਂ ਕਾਹਦੇ ਪੁਲਿਸ ਵਾਲੇ ਹੋ? ਤੁਸੀਂ ਤਾਂ ਬਦਮਾਸ਼ ਹੋ, ਬਦਮਾਸ਼। ਓਏ ਰੱਬਾ ਜਨਾਬ, ਹੁਣ ਫੇਰ ਸਿੰਘ ਪਸਾ ਲੈ, ਰਿਕਾਰਡ ਫੇਰ ਸ਼ੁਰੂ ਹੋ ਗਈ, ਇਹਦੇ ਨਾਲ ਕਰਿਓ ਗੱਲ ਕਰਾਂ। ਓ ਦੀਪੀ ਬੇਟਾ, ਹੁਣ ਕੀ ਹੋ ਗਿਆ? ਸਾਹਿਬ ਗਿੱਦ ਲਈ ਨਾ ਮਾਹੌਲ ਖੁਸ਼ ਨੂੰ ਹੋਣਾ ਚਾਹੀਦਾ, ਤੁਸੀਂ ਸਮਝ ਨਹੀਂ ਰਹੇ, ਮਨ ਕੱਤਰ ਨਹੀਂ ਹੁੰਦਾ। ਆਪਣਾ ਹੀ ਡੰਡਾ ਤਾਂ ਜੀ, ਸਾਡੇ ਕੋਲ ਬਹੁਤ ਤਰੀਕੇ ਮਨ ਕੱਤਰ ਕਰਨ ਦੇ, ਤੁਸੀਂ ਮੈਂ ਕਹਿੰਦਾ 5-7 ਮਿੰਟ ਥੱਲੇ ਆਓ, ਤੁਹਾਨੂੰ ਦੱਸਦੇ ਆ। ਰਾਜੇ ਤੁਸੀਂ ਗੱਲ ਕਰੋ ਇਹਨਾਂ ਨਾਲ, ਇਹਨਾਂ ਨੇ ਗਲਤ ਗੱਲਾਂ ਸ਼ੁਰੂ ਕਰਤੀਆਂ। ਦੀਪੀ ਮੈਂ ਗੱਲ ਕਰਦਾ। ਦੀਪੀ ਤੁਸੀਂ ਬੇਟੇ ਆਪਣੇ ਰਹਿਸਲ ਦਾ ਸਮਾਂ ਬਦਲ ਨਹੀਂ ਸਕਦੇ? ਵੈਸੇ ਵੀ ਸਾਡੇ ਪੁਲਿਸ ਵਾਲਿਆਂ ਦਾ ਅਸੂਲ ਹੈ, ਅਸੀਂ ਨਿਰਣੇ ਕਾਲ ਦੇ ਕਿਸੇ ਦਾ ਹੱਥ ਹੌਲਾ ਨਹੀਂ ਕਰਦੇ। ਸੁਰੀਲਾ ਜੀ, ਤੁਸੀਂ ਰਹਿਸਲ ਕਰਾਉਣ ਪਹਿਲੀ ਬੱਸੇ ਆ ਜਾ ਕਰੋ। ਮੁਨਸ਼ੀ ਜੀ, ਸਾਡੇ ਪਿੰਡੋਂ ਨਾ ਬੱਸ ਸਵੇਰੇ 10 ਵਜੇ ਲੰਘਦੀ ਹੈ, ਮੈਂ ਸਵੇਰੇ ਕਿਵੇਂ ਆ ਜਾਊਂਗਾ? ਓਏ ਆਥਣੇ ਮਾਰ ਲਿਆ ਕਰ, ਆਥਣੇ ਕਿਵੇਂ ਆ ਜਾਊਂਗਾ? 4 ਵਜੇ ਤੋਂ ਬਾਅਦ ਪਿੰਡੋਂ ਕੋਈ ਬੱਸ ਹੀ ਨਿਕਲਦੀ। ਕੋਈ ਟੈਂਪੂ, ਠੇਲਾ, ਕੜੁੱਕਾ ਕੁਛ ਤਾਂ ਆਉਂਦਾ ਹੋਊ, ਉਹ ਤੇ ਮਾਰ ਲਿਆ ਕਰ, ਜਾਂ ਤੇਰਾ ਬਿਸਤਰਾ ਤੇ ਹਵਾ ਲਾ ਚਲਵਾ ਦਈਏ। ਰਾਜੇ ਤੁਸੀਂ ਗੱਲ ਕਰੋ, ਇਹਨਾਂ ਨੇ ਫਿਰ ਉਹੀ ਗਲਤ ਗੱਲਾਂ ਸ਼ੁਰੂ ਕਰਤੀਆਂ। ਨਾ ਤੁਸੀਂ ਆਪਣੀ ਪੁੱਛ ਪੜਤਾਲ ਦਾ ਟਾਈਮ ਨਹੀਂ ਬਦਲ ਸਕਦੇ, ਉਸਤਾਦ ਜੀ ਤਾਂ ਇਸੇ ਟਾਈਮ ਆਉਣਗੇ। ਬਿਲਕੁਲ ਬੇਟੇ, ਤੁਸੀਂ ਨਾ ਝਗੜਾ ਨਾ ਵਧਾਓ, ਮੈਂ ਕੋਸ਼ਿਸ਼ ਕਰਦਾ ਹੱਲ ਕਰਨ ਦੀ। ਤੁਸੀਂ ਰਹਿਸਲ ਕਰ ਲਓ ਜਿਹੜੇ ਵੇਲੇ ਕਰਨੀ ਆ, ਸਾਡੀ ਸਰਕਾਰੀ ਜੀਪ ਸੁਰੀਲਾ ਜੀ ਨੂੰ ਲੈ ਆਇਆ ਕਰੂਗੀ, ਨਾਲੇ ਛੱਡਿਆ ਕਰੂਗੀ। ਠੀਕ ਹੈ ਸਾਹਿਬ ਬਦਰ? ਨਾ ਫਿਰ ਪੁਲਿਸ ਹੁਣ ਗਸ਼ਤ ਖੱਚਰਾਂ ਦੇ ਕਰਿਆ ਕਰੂਗੀ। ਹਾਂ
ਬੇਟੇ ਖੱਚਰ ਤੈਨੂੰ ਵੱਡੀ ਨੀ, ਮੈਨੂੰ ਲੱਗਦਾ ਤੈਨੂੰ ਟੱਟੂ ਸੂਟ ਕਰੋ। ਓ ਪੰਡਿਤ ਜੀ ਹੜਦਾ ਨੀ ਬਲਦੀ ਤੇ ਤੇਲ ਪਾਉਣੋ। ਡੀਪੀ ਬੇਟੇ ਤੁਸੀਂ ਕਰੋ ਜਿਹੜੇ ਵੇਲੇ ਰੈਸਲ ਕਰਨੀ ਆ, ਸਾਡੀ ਪੂਰੀ ਕੋਸ਼ਿਸ਼ ਆ ਕਿ ਸਾਡੀ ਇੰਟਰੋਗੇਸ਼ਨ ਦੀ ਆਵਾਜ਼ ਤੁਹਾਡੇ ਉੱਪਰ ਨਾ ਆਵੇ। ਨਾ ਹੁਣ ਮੁਜਰਮ ਦੇ ਸੈੱਲ ਕੱਢਦੀ ਆ ਅਸੀਂ। ਚੱਲ ਚੱਲ ਅੰਦਰ। ਪੰਡਿਤ ਜੀ ਘੱਟ ਬੋਲਿਆ ਕਰੋ, ਕਿਸ ਦਿਨ ਮੈਂ ਤੁਹਾਡੇ ਚ ਸੂਈ ਮਾਰ ਕੇ ਸਾਰੀ ਖੀਰ ਕੱਢ ਦਾਂਗੇ ਤੁਹਾਡੀ। जनाब मैं मानता कि चौतश हमेशा बंदे की तकदीर तो नहीं दस सकता, पर तस्वीर तो दस सकता। मैनू मुंडे दे ग्रह कातल आले लगे नहीं। ओ पंडित जी महाराज, थोड़िया गल्लां साडे समझ तां पैंदियां नहीं। बाकी आही मुंडा बड़का मारदा सी, इसे ने कतल किया, सीधा जिहा साफ है। पंडित जी तुसीं उहदे हत्थ ते पट्टी तां देखी होणी है। मैं देखी है समार के। मैनू पता तू देखी है। ओ पट्टी भी ताजी सी ते उहदे चों खून भी रिसिया होया सी। बूटे अंदर सप्पड़ फड़ाई हो जी जनाब। आ लो जी। आ देखो सारा खूने दे विचाले लग्या होया, ते जिथों सप्पड़ मार करती है उत्थे कोई दाग भी है नहीं। जनाब गल तां विचार नाले आ, कापला सप्पड़ पाई फड़ी होना उन्हें। हाँ जी। सट भी खबे हाथ लगी हुई है। खून जाता भी इतों थले नहीं है। लवी पावर दी जब हम जवांगे जाने होंगे। बकरी हुए। हाँ जी। हाँ जी। क्या में लगता है? उन्दा है का मजरूम के नर्दोषी लगता है। उन्हें जिन्नी देर तक कुटनी पड़ी सी उन्नी देर तक लगता सी कातल, पर जो उन्दा कुटिया उन्दा नर्दोष लगता। लगता थोड़ा होर पैंट दें पतंदर ने जमी संत लगना सी। इन्हें तो संत लगन का पता नहीं। जेडे हिसाब ना तू संगीतक एमए को फड़ा मार के आया ना पूंडी, मैनू आने वाले समय के तू भिख्या मंगता दिखाई देना। मुखिया खड़िया तू मेरे तो छिल के रखता। लो जनाब रिपोर्ट तैयार है। माफ करी हरसुभाष तेन भी अद्धी रात तंग किया। कोई गल नहीं जनाब, कल इतवार ही है, मैं रज के सो लूंगा। तीन का पचास छेती ओए, मिठा रोक के पत्ती ठोक के आयो जनाब। हाँ लिया भी छोटे चक कोई चक लादा जने चाह नू भी मुंह नहीं खोलना। वह तो मेरे यार दा सुभाव ही नरम है पुत मेरे। जे किसी होर थाने च हुंदा ना हुण तीन कतल मन्या हुंदा। 15 साल हो गए पंजाब के हालात खराब हो, अज तक लोगों ने सिर्फ पुलिस की सख्ती दिखी है, पर आप वर्दी मुजरम फड़न वास्ते पाई है ना कि मुजरम बनाने वास्ते। सही कहा भाई। देख भी जंट सिया इन्ना कि असं लखन ला लिया भी तैं कतल नहीं किया, पर तू उत्थे गया जरूर सी ते हुण बंदा बन के सानू सारा कुछ साथ साथ दस दे, नहीं आ तेरी चुप रहे तेनू फांसी लवा देनी। फिर आए ना हो कि हमेशा लिए चुप कर जाए। तुसी तां मेरी रिपोर्ट लिखी नहीं ते उन्होंने रात नूं फिर स्पीकर ला लिया।
चोरी सारी दुनिया तो चोरी ट्रांसफार्म फूकिया ते उन्होंने जनरेटर ला लिया ठंडी रुत्त विच तपदा सारा वेख लै सारा भैन पछों दियां कहनियां ठंडी रुत्त विच तपदा भैन पछों दियां कहनियां ते ठंडी रुत्त विच तपदा सारा वेख लै सारा वेख ले जिहड़ा खून सबल जो चो रहा से वो खून मेरे हाथ का से बस इनी कहानी है मेरी जी असी गुरजंट तो सारी पुछ पड़ताल कर ली है उन्हें थोड़े जनरेटर की टैंकी पाड़न तो बिना होर कुछ नहीं किया झूठ बोलता है उसने मारिया हुण तां बस बचन दा मारा पकाई मारदा हो उत लंबड़दार ने मुंडे ने बहुत हथ चुकी हुई सी पिंड च इन्हां दा कोई भरोसा नहीं यदि उस रात नूं जनरेटर वाले पासे गुरजंट ने एक बजुर्ग औरत नूं देखिया सी ते गुरजंट नूं वेंदे सार पिछे परत गई सी जे थोड़े जो कोई उस बजुर्ग औरत बारे दस सके बई जी विआह वाला घर सी पता नहीं किनिया चाचियां किनिया मासियां ते ताइयां आईयां होईयां सी पता नहीं तुसी केड़ी बजुर्ग औरत बारे गल कर रहे हो भुआ जी जे थोनू कुछ पता होवे पुत जे कोई होवे ता दसीए ए ता एवें आवा तावा बोली जांदे ने चलो ठीक है जी सत श्री अकाल सत श्री अकाल जी सत श्री अकाल साहब बहादुर एक गल करनी सी मामा तो साडा चला गया हुण कातल फड़िया जावे या ना फड़िया जावे साडा मामा तो नहीं मुड़ना मामा थोड़ा तो नहीं मुड़ता पर असीं तां अपना फर्ज पूरा करना है चल काल सिंह सरपंच की जमीन का झगड़ा तो नहीं किसी नाल कुछ पता नहीं जी जनाब जी कोई झगड़ा होंदा तो रिपोर्ट तो अपने को लिखानी सी ये सरपंच की जमीन दे आले दुआले होर कितनी जमीन लगती है आ दक्षण वाले पासे नूं नहर तक सारी जमीन सरपंच की है ते आ तीन किले इंद्र सिंह नौ दे जमींदार की भाड़ा वाले पासे सरपंच ने बड़ी जमीन बनाई है हिमाचल वाले पहाड़ों च भी नप्पी फिरता है ओए कण चक्कर जी पटवारी दी भाषा दे विच उत्तर दिशा नूं पहाड़ वाला पासा कहंदे हुंदे आ ते आ बंदा कैवें इंद्र सिंह भाई जनाब इहदी नूंह पुतना बनदी नहीं जी अड कीता होया ते लहिंदे पासे जनाब आ सड़क पार करदे सारी पिंड कढाणी खुरद दी हद शुरू हो जांदी है यार इदां समझ नहीं आउणी तुसीं ऐ करो गड्डी कढो आपां जाके सरपंच दी जमीन दी हदबंदी देख के आउने जी बेहतर जनाब बकरी हां जी थल्ले आ जानी सी चल चल
ਚੱਲ ਪੋਗੇ ਚੱਲ 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 ਭੁੰਡੀ ਚੱਲ 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 ਸਾਹਿਬ ਬਹਾਦਰ ਹਾਂਜੀ ਇਹ ਹੈ ਜਰਨੈਲ ਦਰਜੀ ਦੀ ਦੁਕਾਨ ਜਿਹੜਾ ਗੱਡੀ ਥੱਲੇ ਆ ਕੇ ਮਰਿਆ ਕਿਸੇ ਨੇ ਤਕੜਾ ਹੀ ਟਾਲੀ ਟੂਣਾ ਕੀਤਾ ਲੱਗਦਾ ਉਹ ਇੱਧਰ ਆ ਓਏ ਝਾਕਦਾ ਕੀ ਆ ਹਾਂਜੀ ਜਨਾਬ ਕਿਹਦੀ ਟਾਲੀ ਵੇ ਇਹ ਜਨਾਬ ਜੰਗਲਾਤ ਮਹਿਕਮੇ ਦੀ ਟਾਲੀ ਹੈ ਜੀ ਕਿਹਨੇ ਵੱਡੀ ਹੈ ਇਹ ਤਾਂ ਪਤਾ ਨਹੀਂ ਜਨਾਬ ਕਿਹਨੇ ਵੱਡੀ ਹੈ ਪਰ ਕੱਲ ਸਵੇਰ ਦੀ ਇੱਥੇ ਪਈ ਹੈ ਕਮਾਲ ਹੈ ਇਹ ਕਿਹੋ ਜਿਹੇ ਚੋਰ ਸੀ ਟਾਲੀ ਵੱਡੀ ਵੀ ਲੈ ਕੇ ਵੀ ਨਹੀਂ ਗਏ ਪਰੇ ਕਰਾਵੇ ਨੇ ਚਲੋ ਜੀ ਜਨਾਬ ਆਓ ਚੰਦ ਹੱਥ ਲਵਾਓ ਆਓ ਪਟਵਾਰੀ ਸਾਹਿਬ ਹੱਥ ਪਵਾ ਪੰਡ ਜੀ ਲਵਾ ਦਿਓ ਹੱਥ ਬਹਾਨੇ ਨਾਲ ਗ੍ਰਹਿ ਚੱਲ ਜਾਣਗੇ ਟਾਲੀ ਆ ਕਿ ਸਾਲੀ ਲਟੈਣ ਜਿਹੜੀ ਚੱਕ ਨਹੀਂ ਹੁੰਦੀ ਠੀਕ ਯਾਰ ਸਾਹਿਬ ਬਹਾਦਰ ਇਹਦਾ ਮਤਲਬ ਜਿਹੜੇ ਬੰਦੇ ਟਾਲੀ ਫੜਦੇ ਸੀ ਉਹਨਾਂ ਚੋਂ ਇੱਕ ਦੇ ਉੱਤੇ ਟਾਲੀ ਗਿਰ ਗਈ ਬੰਦਾ ਚੱਕ ਕੇ ਲੈ ਗਿਆ ਤੇ ਟਾਲੀ ਇੱਥੇ ਸਿੱਟ ਗਏ ਸਾਹਿਬ ਬਹਾਦਰ ਆਹ ਬਹਾ ਮਿਲਿਆ ਜੀ ਕਹਿ ਦੋ ਉਹਨਾਂ ਦੇ ਕੁਹਾੜੇ ਦਾ ਹੋਊ ਟਾਲੀ ਇੱਥੇ ਬਹਾ ਉਹ ਵੀ ਕੁਹਾੜੀ ਤੋਂ ਬਿਨਾਂ ਗੱਡੀ 'ਚ ਰੱਖ ਲੱਭੀ ਜੀ ਇਹ ਖੂਨ ਜੰਮਿਆ ਹੋਇਆ ਤੇ ਜਿਹੜਾ ਪਟੜੀ 'ਤੇ ਮਿਲਿਆ ਸੀ ਉਹ ਤਰਲ ਕਿਉਂ ਸੀ ਬਾਈ ਬੰਦੇ ਦੇ ਖੂਨ ਚ ਕੁਝ ਖਾਸ ਤਰ੍ਹਾਂ ਦੇ ਸੈੱਲ ਹੁੰਦੇ ਨੇ ਜਿਹੜੇ ਖੂਨ ਨੂੰ ਗਾੜਾ ਰੱਖਦੇ ਆ ਤੇ ਗੋਂਦ ਦੀ ਤਰ੍ਹਾਂ ਚਿਪਕਾ ਕੇ ਰੱਖਦੇ ਆ ਜਦੋਂ ਬੰਦੇ ਦੀ ਮੌਤ ਹੋ ਜਾਂਦੀ ਹੈ ਇਹ ਸੈੱਲ ਆਪਣਾ ਕੰਮ ਕਰਨਾ ਬੰਦ ਕਰ ਦਿੰਦੇ ਨੇ ਇਸ ਲਈ ਮਰੇ ਹੋਏ ਸਰੀਰ ਚੋਂ ਜਿਹੜਾ ਖੂਨ ਬਾਹਰ ਨਿਕਲਦਾ ਉਹ ਕਦੇ ਵੀ ਜੰਮਦਾ ਨਹੀਂ ਤੇਰੇ ਕਹਿਣ ਦਾ ਮਤਲਬ ਵੀ ਜੇ ਜਿਉਂਦੇ ਹੋਏ ਬੰਦੇ ਦੇ ਫੱਟ ਲੱਗੇ ਤੇ ਉਹਦਾ ਖੂਨ ਜੰਮ ਜੂਗਾ ਹਾਂਜੀ ਤੇ ਜੇ ਮਰੇ ਹੋਏ ਬੰਦੇ ਦੇ ਫੱਟ ਲੱਗੇ ਉਹਦਾ ਖੂਨ ਨਹੀਂ ਜੰਮਦਾ ਜੀ ਉਹ ਕਦੇ ਵੀ ਨਹੀਂ ਜੰਮਦਾ ਸਮਝ ਗਿਆ ਮੈਂ ਤੇਰੀ ਗੱਲ ਠੀਕ ਹੈ ਅਰਥਾਤ ਜਰਨੈਲ ਸਿੰਘ ਰੇਲ ਗੱਡੀ ਦੇ ਥੱਲੇ ਆ ਕੇ ਕੱਟ ਕੇ ਨਹੀਂ ਮਰਿਆ ਸਗੋਂ ਮਾਰਨ ਤੋਂ ਬਾਅਦ ਕਿਸੇ ਨੇ ਉਸਦੀ ਲਾਸ਼ ਨੂੰ ਪਟੜੀ 'ਤੇ ਲੰਮਿਆ ਪਾਤਾ ਇਸੇ ਕਰਕੇ ਖੂਨ ਨਹੀਂ ਜੰਮਿਆ ਭੁੰਡੀ ਜਰਨੈਲ ਦੇ ਕੀ ਭੁੰਡੀ ਲੜੀ ਸੀ ਵੀ ਉਹ ਟਾਲੀ ਵੱਢਣ ਵਾਲੇ ਟੋਲੇ ਦੇ ਨਾਲ ਰਲਿਆ ਟਾਲੀ ਵੱਡੀ ਟਾਲੀ ਉਹਦੇ ਉੱਪਰ ਗਿਰ ਗਈ ਤੇ ਜਰਨੈਲ ਤੜਪ ਤੜਪ ਕੇ ਮਰ ਗਿਆ ਬੱਕਰੀ ਥੋੜਾ ਸੀ ਜਰਨੈਲ ਸਿੰਘ ਜਿਹੜਾ ਟਾਲੀ ਦੇ ਪੱਤੇ ਖਾਣ ਗਿਆ ਸੀ ਜਰਨੈਲ ਸਿੰਘ ਟਾਲੀ ਕਿਉਂ ਵੱਢੂਗਾ ਬਈ ਇੱਕ ਤਾਂ ਉਹ ਲੰਗੜਾ ਸੀ ਦੂਜਾ ਉਹ ਇਕੱਲਾ ਕਹਿ ਰਿਹਾ ਸੀ ਆਪਣੀ ਸਾਰੀ ਉਮਰ ਵੀ ਹੰਢਾਈ ਬੈਠਾ ਸੀ ਯਾਰ ਇਸ ਉਮਰ ਉਹਨੂੰ ਟਾਲੀ ਵੱਢਣ ਦੀ ਕੀ ਸੂਝੀ ਬਈ ਹੋਰ ਕੀ ਉਹ ਆਪਣੇ ਲਈ ਮਰਨ ਤੋਂ ਪਹਿਲਾਂ ਲੱਕੜਾਂ ਦਾ ਪ੍ਰਬੰਧ ਕਰਨ ਗਿਆ ਸੀ ਉਹ ਸਾਹਿਬ ਬਹਾਦਰ ਹੀ ਤੇ ਸੋਚਣ ਵਾਲੀ ਗੱਲ ਹੈ ਅੱਛਾ ਮੇਰਾ ਖਿਆਲ ਆਪਾਂ ਇਕੱਲੇ ਇਕੱਲੇ ਨਾ ਜਾਈਏ ਨਹੀਂ ਉਹੀ ਕਹਿਣਾ ਸੀ ਆ ਜਰਨੈਲ ਸਾਨੂੰ ਫੜਾ ਦਿਓ ਤੁਸੀਂ ਜਾਇਓ ਜ਼ੋਰ ਤਾਂ ਕਿਹਾ ਸੀ ਕਹਿੰਦਾ ਯਾਰ ਪਤਾ ਕਰੋ ਪਿੰਡ 'ਚ ਕੋਈ ਬੰਦਾ ਤਾਂ ਨਹੀਂ ਗਾਇਬ ਹਾਂਜੀ ਸਾਹਿਬ ਬਹਾਦਰ ਦੋ ਭਈਏ ਆਏ ਸੀ ਕਹਿੰਦੇ ਸਾਡਾ ਬੰਦਾ ਗਵਾਚ ਗਿਆ ਬੁਲਾਓ ਉਹਨਾਂ ਨੂੰ ਜੀ ਸਾਹਿਬ ਕੱਲ੍ਹ ਅਸ਼ੋਕ ਭੂਸ਼ਣ ਬਨੀਆ ਸੇ ਮਿਲੇ ਥੇ ਜੀ ਕਿਉਂਕਿ ਹਮ ਮਹੀਨੇ ਕੀ ਖੁਰਾਕੀ ਖਾਈ ਸਾਹਿਬ ਮਹੀਨੇ ਕਾ ਮਹੀਨਾ ਕਰਤੇ ਹੈ ਯਾਰ ਭੂਸ਼ਣ ਟਾਲੀਆਂ ਕਿਉਂ ਵੱਢੂਗਾ ਹੋਰ ਦੱਸ ਕਿਹਨੂੰ ਮਿਲੇ ਸੀ ਉਸਕੇ ਬਾਅਦ ਮਿਲੇ ਹੈ ਕੇਸਰ ਸਰਦਿਆਰ ਸੇ ਅਸ਼ੋਕ ਕੋ ਕੇਸਰ ਸਰਦਿਆਰ ਮਿਲਨੇ ਆਏ ਥੇ
रात के लगभग 8-7 बज रहे थे जब अशोक को मिलने आए। असल में उसको पटाने की कोशिश कर रहा था, कह रहा था कि मेरा बंदा घर से भाग गया, अब उससे घर का काम खुद ही हाथ से करना पड़ रहा है। वैसे भी साहब एक बात आपको और बताई दे, अब खेत खलिहान का काम काज पंजाबी बंदे के बस का तो रहा नहीं ना जी। उतनी दया जिन्ना पूछा गया ना उन्ना दस। अब पंजाब दे सामाजिक हालात बारे चानना पाउण दी लोड़ नहीं है। जी साहब। साहब बहादुर वैसे केसर क्यों करूगा है जा कुछ, शरीफ आदमी है, मैनू नहीं लगता। याद करके दस और किनू मिलया सी साहब? ओजन है साले, काहे बीच में टंगिया डाल रहे, पार्टी का नंबर दा कौन है? मैं के तू, मैं ना गोंडा जिला से तो का कौन लेके साले, अब बड़ी जल्दी चपेट होते ट्रांसफर कीती है, जल्दी दस। हां का उसके बाद हम मोटर पर सो रहा था दोपहरिया में, जब वरियाम सरदार अशोक को मिलने आए और वो आपस में कुछ चुप बात कर रहे थे, हमरा कुछ नहीं पता लगा साहब क्या बात कर रहे हैं। हाँ इतना जरूर है कि चलते चलते ये कह रहे हैं कि हम कल रात तो कब मिलने आएंगे। ठीक है जाओ तुसे। जी साहब। उठे। हाँ जी साहब। अदर करो रात में कार्रवाई। जी जनाब, हुण तक उन्हें बाहां बदल नहीं देता होगा काबुल से। हाँ तो बंदा मरिया होंदा ना उहदा ध्यान लिखे मोटे कामां च नहीं जांदा। ओ चुप च पीते जायो, नाले ओ मोटर ते गेड़ा मार के आए जरूर उहदी ते। जी साहब बदर। काबुल सिंह, जिहदे तों बंदा मरिया होंदा ना उहदा ध्यान लिखे मोटे कामां च नहीं जांदा। ओ चुप च पीते जायो, नाले ओ मोटर ते गेड़ा मार के आए जरूर उहदी ते। जी साहब बदर। बहादुर, रोटी वाले बन ते जनानी दी लाश मिली है। भाई जी ये शीलो नैण है, मेरे नानकियां तो मम्मी ने विआह वास्ते सद्दी सी। बेबे है जिन्हों मैं जनरेटर को देखा से। जनाब गले ते निशान ने, इन्हों का गला घुट के मारी है। पंडित जी पिंड च दो केस होए है। हाँ जी, एको सरपंच का कतलकांड केस जिहदा संबंध इस लाश नाल है, ते दूजा वो जरनैल का आत्महत्या कांड केस जिहदा संबंध वो टाली ते लगे खून नाल है। इन्हां दोनों केसां की आपस च कोई ना कोई कीड़ी तां जरूर जुड़दी होगी। साहब तुसी समझे चाहे ना समझे पर मेरे खाने गल पेगी, सारी करतूत इस जनानी दी आ। पहला तां वड्या इहने सरपंच, फिर इहने दित्ता गड्डी थले बंदा, उस तो पिछों जनावे वड्डन गई टाली, टाली वड़दी वड़दी ए खा गई चूरा, उत्थों भज्जी सिद्धी आके ने नहर च आत्महत्या कर ली। लो जी जनाब, केस तां सारा इहने नबेड़ता। हाँ जी, ते हुण जज साहब नूं केस हल करन दा इनाम तां दे दिए। सालिया कदे जनानियां वी टाली वढ़दियां हुंदियां। ए वी ठीक है। ओ जाओ जाओ आपदा काम करो, सानूं अपना काम करन दिओ। ओ कुन्ने आ बंदे लै जा सारे वापस। हटे साहब बहादुर। कित्थों मिले? वरियाम दी मोटर तों। बरियाम तो इतने कितने सी बैठा हो रहे जनाब? हो जाता जी साइकिल नहीं, साइकिल लेके उठ गया जी। कितनी तेज बिछा लूगा साइकिल।
ਸਾਹਿਬ ਬਦਰ ਹੱਟ ਗਿਆ ਹੈਗਾ ਬ੍ਰਹਮ ਸਿੰਘ ਰੱਖ ਲਾ ਮੋਢੇ ਤੇ ਹੱਥ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਵਿੱਚ ਹੋਏ ਦੋ ਕਤਲਾਂ ਨੂੰ ਦੇਖਦੇ ਹੋਏ ਸਮੂਹ ਮਾਈ ਭਾਈ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪੁਲਿਸ ਨੂੰ ਇਤਲਾਹ ਕੀਤੇ ਬਿਨਾਂ ਨਾ ਤਾਂ ਕੋਈ ਪਿੰਡ ਵਿੱਚੋਂ ਬਾਹਰ ਜਾਵੇ ਤੇ ਨਾ ਹੀ ਪਿੰਡ ਵਿੱਚ ਆਵੇ ਹੁਕਮ ਦੀ ਉਲੰਘਣਾ ਕਰਨ ਵਾਲੇ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ ਬਾ ਹੁਕਮ ਮੁਨਸ਼ੀ ਨਰਾਧਾਰਾ ਪੁਲਿਸ ਚੌਂਕੀ ਪਿੰਡ ਘੁੜਾਣੀ ਕਲਾਂ ਉਹ ਰੱਬ ਦਾ ਵਾਸਤਾ ਜੇ ਉਹ ਮੈਨੂੰ ਖੋਲ ਤੇ ਦਿਓ ਮਰਿਆਮ ਸਿੰਘ ਭਾਵੇਂ ਨਾ ਮੇਰਾ ਨਰਾਤਾ ਪਰ ਕੁੱਕੜ ਨੂੰ ਤੜਕਾ ਮੈਂ ਸਰਾਧਾ ਚ ਵੀ ਲਾ ਲੈਣਾ ਉਹ ਬਰਿਆਮ ਸਿਆ ਇਹਦਾ ਮਤਲਬ ਤੂੰ ਯਾਦੀ ਦੇ ਵਿਆਹ ਤੋਂ ਆਹੀ ਕੰਮ ਕਰਨ ਗਿਆ ਸੀ ਹੈ ਜਨਾਬ ਮੈਂ ਸਭ ਕੁਝ ਦੱਸਦਾ ਮੈਨੂੰ ਖੋਲ ਤੇ ਦਓ ਓਏ ਇਹਨੂੰ ਗੋਲਾ ਲਾਠੀ ਕਹਿੰਦੇ ਆ ਇਹ ਆਈ ਨੀ ਖੋਲਣੀ ਇਹ ਤਾਂ ਹੁਣ ਸਿਉਂਕ ਲੱਗ ਕੇ ਟੁੱਟੂ ਸਾਹ ਬਹਾਦਰ ਇਹਨਾਂ ਨੂੰ ਕਹੋ ਮੈਨੂੰ ਖੋਲ ਦੇਣ ਗਲਤੀ ਸਾਥੋਂ ਹੀ ਹੋਈ ਆ ਮੈਂ ਸਭ ਕੁਝ ਦੱਸਦਾ ਜੀ ਖੋਲ ਦੇ ਬੁੱਟਾ ਸਿੰਘ ਪੁੱਤ ਅਸੀਂ ਤਾਂ ਉਹ ਕਤਲ ਮਨਾ ਲਏ ਜਿਹੜੇ ਲੋਕਾਂ ਨੇ ਕੀਤੇ ਨੀ ਤੇ ਤੂੰ ਤਾਂ ਸਿਰਫ ਉਹੀ ਮੰਨਣਾ ਜਿਹੜਾ ਤੂੰ ਕੀਤਾ ਹਾਂ ਬਾਕ ਜਨਾਬ ਅਸਲ ਚ ਵਧੀਆ ਲੱਕੜ ਵੇਖ ਕੇ ਮੇਰੀਆਂ ਲੜਾਂ ਡਿੱਗਣ ਲੱਗ ਜਾਂਦੀਆਂ ਤੇ ਉਸ ਟਾਲੀ ਦੀ ਲੱਕੜ ਵਧੀਆ ਸੀ ਤੇ ਮੇਰੀ ਵੀ ਕਾਫੀ ਦਿਨਾਂ ਤੋਂ ਤੇ ਅੱਕ ਸੀ ਅਸ਼ੋਕ ਭਈਆ ਪਹਿਲਾਂ ਵੀ ਕਈ ਨਾ ਸਾਡੇ ਨਾਲ ਚੋਰੀ ਛਿਪੇ ਲੱਕੜਾਂ ਵਢਾਉਣ ਜਾਂਦਾ ਰਿਹਾ ਮੈਂ ਉਦਣ ਸ਼ਾਮ ਨੂੰ ਹੀ ਉਹਨੂੰ ਦਾਰੂ ਦੀ ਬੋਤਲ ਦੇ ਦਿੱਤੀ ਸੀ ਤੇ ਰਾਤੀ 11 ਕੁ ਵਜੇ ਦੇ ਕਰੀਬ ਮੈਂ ਚੰਦ ਤੇ ਦਰਸ਼ਨ ਪਾਊ ਅਸ਼ੋਕ ਭਈਏ ਨੂੰ ਨਾਲ ਲੈ ਕੇ ਟਾਹਲੀ ਵਾਲੀ ਥਾਂ ਤੇ ਪਹੁੰਚ ਗਏ ਭਈਏ ਨੇ ਦਾਰੂ ਜ਼ਿਆਦਾ ਪੀਤੀ ਸੀ ਤੇ ਚੌੜ ਕਰੀ ਜਾਵੇ ਚੌੜ ਚੌੜ ਚ ਪਤੰਦਰ ਨੇ ਟਾਹਲੀ ਆਪਣੇ ਦੀ ਸੁੱਟ ਲਈ ਇਸ ਤੋਂ ਪਹਿਲਾਂ ਕਿ ਅਸੀਂ ਉਹਨੂੰ ਡਾਕਟਰ ਕੋਲ ਲੈ ਕੇ ਜਾਂਦੇ ਉਹਦੇ ਰਾਹ 'ਚ ਹੀ ਸਾਹਮ ਹੋ ਗਏ ਜਨਾਬ ਵਿੱਚ ਸਾਡਾ ਕੀ ਕਸੂਰ ਆ ਸਾਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਸੀ ਜੀ ਅਸੀਂ ਜਨਾਬ ਪੁਲਿਸ ਦੇ ਡਰ ਤੋਂ ਉਹਦੀ ਲਾਸ਼ ਨੂੰ ਚੁੱਕ ਕੇ ਅਤੇ ਲੈਣਾ 'ਤੇ ਰੱਖ ਆਏ ਜਨਾਬ ਇਹ ਨਹੀਂ ਸਮਝ ਲੱਗਾ ਬਈ ਪੁਲਿਸ ਨੇ ਅਸ਼ੋਕ ਭਈਏ ਦੀ ਲਾਸ਼ ਨੂੰ ਜਰਨੈਲ ਦੀ ਲਾਸ਼ ਕਿੱਦਾਂ ਸਮਝ ਲਿਆ ਇੱਕ ਤਾਂ ਜਿਹੜਾ ਚੰਦ ਕਹਿੰਦਾ ਤੇ ਦੂਜਾ ਜਿਹੜਾ ਭਾਊ ਹੈ ਉਹਨਾਂ ਨੂੰ ਲਿਆ ਕੇ ਅੰਦਰ ਤਾੜੋ ਜਨਾਬ ਆਹ ਮੋਸ਼ਾ ਸਾਗਵਾਨ ਦਾ ਤੁਹਾਡੇ ਦੇ ਕਿਸੇ ਕੰਮ ਦਾ ਨਹੀਂ ਹੋਣਾ ਕੰਮ ਦਾ ਤਾਂ ਪੁੱਤ ਹੁਣ ਤੂੰ ਵੀ ਨਹੀਂ ਰਿਹਾ ਸਾਹਿਬ ਬਹਾਦਰ ਉਹ ਜੀ ਇਹਦਾ ਮਤਲਬ ਆਪਣਾ ਸ਼ੱਕ ਸਹੀ ਸੀ ਉਹ ਲਾਸ਼ ਫਿਰ ਅਸ਼ੋਕ ਭਈਏ ਦੀ ਸੀ ਜਰਨੈਲ ਦੀ ਨਹੀਂ ਸੀ ਫਿਰ ਜਰਨੈਲ ਹੈ ਕਿੱਥੇ ਹਾਂ ਗੱਲ ਤਾਂ ਇਹ ਵੀ ਸੋਚਣ ਵਾਲੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਾਹਿਬ ਬਹਾਦਰ ਦੀਪਾ ਘੁਡਾਣੀ ਖੁਰਦ ਤੋਂ ਜਰਨੈਲ ਇਹਦੇ ਕੋਲ ਕਿਰਾਏ 'ਤੇ ਰਹਿੰਦਾ ਸੀ ਹਾਂਜੀ ਕਿੰਨੇ ਕੁ ਚਿਰ ਤੋਂ ਜਾਣਦਾ ਮੈਂ ਉਹਨੂੰ 8 ਕੁ ਸਾਲ ਪਹਿਲਾਂ ਪਿੰਡ 'ਚ ਆਇਆ ਸੀ 5 ਕੁ ਸਾਲ ਹੋ ਗਏ ਉਹਨੂੰ ਮੇਰੇ ਕੋਲ ਰਹਿੰਦੇ ਨੂੰ ਇਕੱਲਾ ਕਹਿ ਰਿਹਾ ਸੀ ਪਿੱਛੋਂ ਡੱਬ ਵਾਲੀ ਤੋਂ ਸੀ ਬਹੁਤਾ ਕਿਸੇ ਨੇ ਮਿਲਦਾ ਗਿਲਦਾ ਨਹੀਂ ਸੀ ਜੀ ਕਿੰਨਾ ਕਿਰਾਇਆ ਦਿੰਦਾ ਸੀ ਤੈਨੂੰ 200 ਰੁਪਏ ਜੀ ਚਲ ਠੀਕ ਹੈ ਮਿਹਰਬਾਨੀ ਜੀ ਕੱਢੋ ਪੰਜਾਬੀ ਸ਼ਰਮ ਕਰ ਲਓ ਮਾੜੀ ਮੋਟੀ ਆਪਾਂ ਪੁਲਿਸ ਵਾਲੇ ਹਾਂ ਕੋਈ ਸਕੂਟਰ ਚੋਰ ਗਰੋਹ ਦੇ ਮੈਂਬਰ ਨਹੀਂ ਜਿਹੜੀ ਆਪਣੀ ਆਪਣੀ ਚੋਰ ਚਾਬੀ ਕੱਢ ਕੇ ਖੜ ਗਏ ਤੁਸੀਂ ਵਰਤੋ ਆਪਣੇ ਅਸਤਰ ਸ਼ਸਤਰ ਮੈਂ ਤਾਂ ਖੁੱਲਦਾ ਭਾਖੜੇ ਦੇ ਗੇਟ ਦੇਖੀ ਕਿਤੇ ਹੜ ਨਾ ਲਿਆ ਸੀ ਕਾਬਲ ਸਿਆ ਕੁੜਤੇ ਪਜਾਮੇ ਘੱਟ ਨੇ ਜੈਂਪਰ ਸਲਵਾਰਾਂ ਬਥੇਰੀਆਂ ਟੰਗੀਆਂ ਟੰਗੀਆਂ ਤਾਂ ਬਜ਼ੁਰਗਾਂ ਦੀਆਂ ਬਥੂਈਆਂ ਵੀ ਨੇ ਉੱਧਰ ਨਹੀਂ ਜਾਂਦਾ ਧਿਆਨ ਹੈ
बलदेव मुहम्मद अली बॉक्सिंग वाला मीता बच्चन सत्ते पे सत्ता वाला देवानंद गाइड वाला फिर मैं एक दिन च दो देख लिया होने साहब इधर आया नहीं लगता जी भी जरनैल दियां खासियां गल्लां दिल दियां दिल च ही रह गईयां जी साहब इधर पतंदर कैंची भी अपने वांगू इक्को लत्त वाली रखी फिरदा बंदा पाठ पूजा वाला लगदा भाई मैनू तां वैसे रलमा मिलमा जिहा लगदा ना एवें किवें तुसीं अंदर आ गए ये दुकान तो साड़ी आ असी जरनैल नूं किराए ते दित्ती सी बीबा पुलिस की तफ्तीश दे विच दखलंदाजी नहीं करी थी चलो शाबाश बार चलो चलो वधो चलो चलो ओ बूटे अंदर ना आउण दईओ किसे नूं हां इत्थे पुलिस की कार्रवाई चलती है काबू सिंह दो जने चलो बाहर तुसीं भी चलो ए कुंडा ला ली तैनू भी नाल ही किया बचा के माड़ा जा भूंड बहुत ने मंजे थले चल चल यार पोजीशन लो घुंटा भी मार ही चलने ये साहब बहादुर अपने आप कुछ ज्यादा ही जेम्स बॉन्ड नहीं समझ लग गया जेम्स बॉन्ड की गल नहीं काबल सिंह असल च तेरे ढिड च गल नहीं पचती कोई गल बने तो सही किते मैं तो भाफ नहीं निकल दिंदा पौने तीन साल पहला भर्ती होया मैं साहब बहादुर तो बैंड कोटे च छैने बजा हों लाइन च सब तो मूहरे अटन पे पे रंग रोकण जा होने वाला वैसे जरनैल से मशीना तुसीं लैके दित्तियां सी पुछ गिछी है भाई वैसे महिला तो पुछ गिछ ली महिला पुलिस चाहीदी है मैनू तां सब पता बिल्कुल साहब आदो तो पौने तीन साल पहला भर्ती होया कुंडा को लाया सी साहब बहादुर मैनू मेरी ड्यूटी ना सिखाई जाए एक कान च की कह रहा सी जी कुछ नहीं माफी मांगता सी क्यों अजे पुठे काम करता जी ना माफिया मंगनिया पैन जिंदा ला के आ गड्डी साफ करो यार अंदरों सारी लिबड़ी पई है अरे मोटरसाइकिल कड्डो मेरे वाला अंब लैके आइए सारा सीजन लंघ गया यार अंब नहीं खाते कड्डो नू अंब भी रब ने कैसी चीज बनाए ने खान लगे मूह कन्ना तक लिबड़िया हथ कूहिया तक तेन कहा कि नहीं हथों पाई होने ते तो कट के नहीं खादा जाता साह बहादुर थोड़ा कोई गल पुछा जी तुम सू बाहर कड़ गए जी नरात्ता राम जी ने की गल की सी
ਟਾਈਮ ਪੁੱਛ ਕੇ ਅੰਬ ਲੈਣੇ ਨਰਾਤਾ ਰਾਮ ਜੀ ਤੁਸੀਂ ਦੱਸ ਦੋ ਐਡੀ ਕਿਹੜੀ ਗੁਪਤ ਗੱਲ ਸੀ ਉਹ ਮੰਨਿਆ ਜਨੌਰਾਂ 'ਚ ਚਤਰ ਕਾਂ ਹੁੰਦਾ ਪਰ ਮੁਨਸ਼ੀ ਵੀ ਥਾਣੇ ਦੀ ਮਾਂ ਹੁੰਦਾ ਤੇ ਮਾਂ ਥਾਣੇ ਦੇ ਭੇਤ ਲੱਲੀ ਛੱਲੀ ਨੂੰ ਨਹੀਂ ਦੱਸਦੀ ਹੁੰਦੀ ਓਏ ਤੂੰ ਕੀ ਲੈਣਾ ਪੁੱਛ ਕੇ ਤੂੰ ਆਪਣੇ ਅੰਬ ਖਾ ਨਾਲੇ ਜਾਂਦੀ ਰੁੱਤ ਦਾ ਮੇਵਾ ਮੁੜ ਕੇ ਸਾਲ ਬਾਅਦ ਹੱਥ ਆਉਣੇ ਆ ਇਹ ਸਾਲੇ ਕੋਈ ਕਤਲ ਨਹੀਂ ਜਿਹੜੇ ਪਿੰਡ 'ਚ ਘੜੀ ਮੁੜੀ ਹੋਈ ਜਾਣਗੇ ਸਾਹਿਬ ਬਹਾਦਰ ਰਾਣੀ ਨੇ ਨਹਿਰ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਕਿਹੜੀ ਰਾਣੀ ਜਿਹੜੀ ਸਰਪੰਚ ਦੇ ਘਰੇ ਕੰਮ ਕਰਦੀ ਸੀ ਇਹ ਨਹਿਰੀ ਮਹਿਕਮੇ ਦਾ ਚੌਕੀਦਾਰ ਮੌਕੇ ਦਾ ਗਵਾਹ ਹੈ ਜੀ ਆਦਾ ਯਾਰ ਸਾਲਾ ਫੇਰ ਕਿਸ ਤੋਂ ਚੱਕਣਾ ਪੈਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਹਿਬ ਪਿੰਡ ਵਿੱਚ ਸਰਪੰਚ ਸਾਹਿਬ ਦੇ ਕਤਲ ਤੋਂ ਬਾਅਦ ਦੋ ਦਿਨ ਵਿੱਚ ਚਾਰ ਕਤਲ ਹੁਣ ਤਾਂ ਪਿੰਡ ਵਿੱਚ ਬਾਬਾ ਜੀ ਇਹ ਚੌਕੀ ਆ ਕਿ ਜੰਝ ਘਰ ਬਿੰਦ ਕੁ ਬਾਅਦ ਬਰਾਤ ਲੈ ਕੇ ਆ ਜਾਂਦੇ ਹੋ ਭੋਰਾ ਸਬਰ ਕਰੋ ਤਫਤੀਸ਼ ਜਾਰੀ ਆ ਜਨਾਬ ਤਫਤੀਸ਼ਾਂ ਹੀ ਕਰੀ ਜਾਓਗੇ ਕਿਸੇ ਨਤੀਜੇ ਤੇ ਵੀ ਪਹੁੰਚੋ ਅਸੀਂ ਬਹੁਤ ਦੁਖੀ ਹਾਂ ਜੀ ਦੇਖੋ ਜੀ ਤੁਸੀਂ ਫਿਕਰ ਨਾ ਕਰੋ ਮੈਂ ਇਸ ਮਾਮਲੇ ਦੀ ਜੜ ਤੱਕ ਪਹੁੰਚ ਚੁੱਕਿਆ ਤੇ ਬਹੁਤ ਜਲਦੀ ਸੱਚਾਈ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਊਗੀ ਠੀਕ ਹੈ ਜੀ ਚੰਗਾ ਜੀ ਸਾਹਿਬ ਆ ਜਾ ਅੱਛਾ ਚਲੋ ਵਿੱਚ ਆ ਜਾਓ ਕਿੰਨੇ ਦਿਨ ਹੋ ਗਏ ਮੈਂ ਤਾਂ ਤੁਹਾਨੂੰ ਪੱਕਾ ਪਤਾ ਵੀ ਕਾਤਲ ਇੱਥੇ ਜਾਊਗਾ ਹੀ ਆਊਗਾ ਚਾਹੇ ਅੱਜ ਆਵੇ ਚਾਹੇ ਕੱਲ੍ਹ ਕਾਤਲ ਸੇ ਆਉਣਾ ਉਹਨੇ ਇੱਥੇ ਹੀ ਆ ਨਾ ਜੇ ਕੱਲ੍ਹ ਨੂੰ ਆਉਣਾ ਫਿਰ ਅੱਜ ਜ਼ਰੂਰੀ ਨੀਂਦ ਖਰਾਬ ਕਰਨੀ ਸੀ ਆਰਾਮ ਨਾਲ ਸੌਂਦੇ ਜੇ ਜ਼ਿਆਦਾ ਸ਼ੌਂਕ ਆ ਸੌਣ ਦਾ ਸਸਪੈਂਡ ਨਾ ਕਰਾ ਦਿਆਂ ਤੈਨੂੰ ਨਹੀਂ ਨਹੀਂ ਮੈਂ ਦੱਸੋ ਇੱਕ ਹੀ ਪੁੱਛਦਾ ਸੀ ਬੰਦੇ ਨੂੰ ਤੇਰਾ ਚੱਲ ਗੱਲ ਪ੍ਰਭਾਤ ਫੇਰੀ ਤੇ ਆਏ ਹੋ ਬਹੁਤੇ ਸ਼ਰੀਫ ਵੰਡ ਦੀ ਲੋੜ ਨਹੀਂ ਕੱਢੋ ਆਪਣੀਆਂ ਚਾਬੀਆਂ ਕਿਉਂ ਕਾਬਲ ਸਿੰਘ ਦਿਖਾ ਹੁਣ ਆਪਣੀ ਕਾਬਲੀਅਤ ਹੁਣ ਤਾਂ ਤੇਰੀ ਚਾਬੀ ਅੱਧੇ ਪਿੰਡ ਨੂੰ ਲੱਗ ਜਾਂਦੀ ਹੈ ਲੱਗ ਤਾਂ ਪੂਰੇ ਪਿੰਡ ਨੂੰ ਹੀ ਜਾਂਦੀ ਆ ਘਰ ਹੀ ਨਹੀਂ ਕਦੇ ਲੱਗੀ ਅੱਛਾ ਗੱਲ ਸੁਣੋ ਦਰਵਾਜ਼ੇ ਨੂੰ ਬਾਹਰੋਂ ਜਿੰਦਰਾ ਲਾ ਕੇ ਇੱਧਰ ਉੱਧਰ ਹੋ ਜਾਓ ਠੀਕ ਹੈ ਜੀ ਉੱਥੇ ਲੈ ਲੈ ਆ ਜਾਓ ਪਾਂਡੇ ਜੀ ਪਾਂਡੇ ਜੀ ਤੁਸੀਂ ਆਪਣਾ 12 ਬਿਕਰੀ ਦਾ ਸਮਾਨ ਨਾਲ ਹੀ ਚੱਕੀ ਫਿਰਦੇ ਹੋ ਓਏ ਮਨੋਰੰਜਨ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੋਰ ਸਾਨੂੰ ਸਾਲੇ ਇੱਥੇ ਕੱਛੇ ਸਿਆਉਣੇ ਆਉਂਦੇ ਆ ਮਨੋਰੰਜਨ ਦਾ ਪ੍ਰਬੰਧ ਆਪਣਾ ਆਏ ਚਾਹੁੰਦਾ ਇੱਧਰ ਬਹਿ ਜਾ ਕਾਤਲ ਜੀ ਨੇ ਸਾਹਿਬ ਬਹਾਦਰ ਇੱਕ ਗੱਲ ਦੀ ਸਮਝ ਨਹੀਂ ਜੀ ਆਈ ਬਾਕੀ ਆ ਗਿਆ ਉਂਗਲਾਂ ਤੁਸੀਂ ਸਾਰੀਆਂ ਦੱਸਦੇ ਹੋ ਜੀ ਦੱਸ ਵੀ ਆਪਾਂ ਬਾਹਰੋਂ ਚਿੰਤਾ ਕਿਉਂ ਲਵਾਇਆ ਜੀ ਬਸ ਇੱਕ ਗੱਲ ਸਮਝ ਲਾ ਹਾਂਜੀ ਪਿੱਛੇ ਅੱਜ ਜਿੰਦਾ ਟੁੱਟਿਆ ਆਪਣਾ ਅੱਧਾ ਮਸਲਾ ਹੱਲ ਹੋ ਜੂ ਜੇ ਜਿੰਦਾ ਖੁੱਲ ਗਿਆ ਸਾਰੇ ਪੁੱਤੇ ਨੰਗੇ ਹੋ ਜਾਣਗੇ ਸਾਹਿਬ ਬਹਾਦਰ ਲੱਗਦਾ ਜਿੰਦਾ ਖੁੱਲਿਆ
चंद ओ चंद मेरे जुती दे यार तेरे वाली तो पैर वड्डी जांदी आ तू इत्थे करदा तू सलिया चंद चंद कर देने अज नवें चंद चढ़वा लेना सी जे भला कतल दे भुलेखे साहब बहादुर गोली मार देंदे फिर साहब एटे दी कमले नी एटे दा की मतलब ओए छपा जा तू जिंदा ला के जाइए आराम नाल चुप चाप खेडी चलो बाजी तो नहीं पूरी होंगी जिंदा फिर भी नहीं लगता चक चादर की बुक ला दो जी थोड़ा राज खुल चुका भुआ जी ये किमें हो सकते है तेन क्या पता खड़ जा तेना तेरी दोनों गलों का जवाब चंद बाहरों जिंदा ला के आसे पासे हो जा मैनू यह तो पता है कि सरपंच के कतल पिछे थोड़ी साजिश है पर क्यों यह हुण तुसीं आपे दस दिओ अपनी औलाद ली की नहीं करती कुलदीप सिया मेरे दो धियां ते जेठ जी दे एक पुत जेठ जी दसवीं पास सी बड़े बड़े लोगों नाल उठन बैठन सी इलाके च बहुत इज्जत माण सी ते इधर मेरे सिर दा साई अंगूठा छाप है उन्हू ते खान हटाउण दा जज भी नहीं एक काम आउंदा सी उन्हू अपने बाई दी हां च हां मिलाउणा साडे कोले छत्ती किले जमीन है ते जो 18 किले जेठ जी दे मुंडे दे नौ दी है अठारह किले मेरी धियां दे हिस्से आउंदी है जेठ जी ने मेरी फटी धी का रिश्ता जमें माड़े कर करते जेठ जी उन्हू आप नशा दिंदे सी हां जी बड़े डैडी ओए आ मल्ला आ जा मल्ला आ जा मल्ला बह जा परौणिया आ तेरे वास्ते रखिया कार्ड बाहर मैं पानी पा के दिना तेनू गत कर गत घबराना क्यों है आ तेरे सदके आ ले जेठ जी ने अपने मुंडे का रिश्ता तय किया उन्होंने मेरी धियां के हिस्से की जमीन भी अपने पुत के ना गिना थी लिया भाई गुड्डे किन्नी जमीन आँदी जी अपने काके नूं 36 किले 36 किले जमीन आ गया तुसी फिक्र ना करो जी
थोड़ी तीन कोई तोड़ नहीं होनी इतने राज करूंगी गुड्डी। हाँ मेरी छोटी थी जस्सी का रिश्ता एक शराबी अनपढ़ मुंडे नाल करवा रहे सी ताकि मेरे जवाई जायदाद चो हिस्सा ना मंग सकन। मम्मी तुसी तो सानू जम्मिया ना कदे तो साडे हक विच बोलो। मैं अपने घर वाले नाल कई बार गल करन दी कोशिश की मेरी कोई गल सुनता ही नहीं सी उल्टा मैनू मारदा कुटदा। थोड़ी अखा ते तां पट्टी बची हुई है कदे तां अपनियां धीआं बारे सोचो की हो गया थोड़े दिमाग नूं। अपनी बहुती चौधर ना झाड़ जो बाई करदा ना ठीक करदा। मैं तो अपनियां धीआं दा दुख झरिया नहीं सी जांदा रोण तो अलावा मैं की करदी। राणी ने मेरा दुख वंडाया रोण तो अलावा मैं की करदी। राणी ने मेरा दुख वंडाया वो मेरे हर दुख दर्द दी सांझी सी। हाय हाय बीबी जी सुखी सांति कातर होई जाने हैं। राणी रब करे इस दुष्ट नू मौत ही आ जाए मौत ही आ जाए। एक दिन राणी ने जरनैल सिंह का सुनेहा दिता। बीबी जी तुसी उदो कहंदे सी ना कि उस दुष्ट नू मौत आ जाए उनू मौत आ सकती है। की बोली जानी है तू वो जरनैल नहीं हैगा वो ही काम कर सकता पर वो इस काम की कीमत मंगदा। भैन जी ने अपनी नूह की मरी लई गहने बनाए मैं वो गहने संदूक चो चोरी करके कुछ गहने अपने विच पाके राणी नूं देते। डेढ़ लाख दे गहने 50,000 बाद च दे दो। कुछ दिन बाद जरनैल से गड्डी थल्ले आके मर गया। मैं निश्चिंत हो गई। अज शामी राणी मेरे कोल आई हुण मेरा इत्थे जी नहीं लगता मैं भी उत्थे चल जाना जिथे मेरा जरनैल चलिया गया। जरनैल की दुकान च शिव भगवान की फोटो के पिछे तुहाडी अमानत पई है आलू फड़ू चाबी मैं चली हाँ। परी दे कहने अज मेरी मां दे कहने भी सी मेरा मेरा दिल मेरी मां दे कहने ले लो चल लेगा। रानी बेचे बेड़ा तेरा मेरी सारी कमाई खूज डोब दी गति तेरी जनैल से सारी उम्र जनानियां बच्चे कुत्ते वांग पूंछ लाने का डर रहा। पहली ने तेरी याद थोड़ा बाजी दूजी ने जबाड़ा आ तीजी चलां पीछे लग के तू चक्की कैंची ते बंदा मारन तुर पई। धर्म नाल जे किते राणी है मैनू मरी हुई भी टक्कर देना धर्म नाल तेरे घर से रस्सा पकड़ दोबारा मारा तेनू कपाना जरनैल सिंह इधर आ तेरा समान पुरची तुसी मारे मेरी राणी तुसी मारे। शरीर तो कुट मारनी चल होनी जी इस करके मैं आपकी राम कहानी आप ही सुना दिना। राणी के घरवाला सी ना जी वो बहुत मारदा कुटदा सी इस करके मेरी राणी नाल वाला जिदारी पेगी। मैं
ਇੱਥੇ ਟਿਕੀ ਰਾਤ ਥਾਈ ਕੱਪੜੇ ਚਾਹੁੰਦਾ ਹੁੰਦਾ ਸੀ। ਉੱਧਰ ਦੂਰ ਹੋ ਦੁਆਰੇ ਚ ਆੜਤੀ ਰੋਡੋ ਸਰਪੰਚ ਨੋਟ ਗਿਣਦਾ ਹੁੰਦਾ ਸੀ। ਰਾਣੀ ਕਈ ਸਾਲਾਂ ਤੋਂ ਉਹਦੇ ਘਰੇ ਨੌਕਰੀ ਕਰਦੀ ਸੀ। ਰਾਣੀ ਨੇ ਮੈਨੂੰ ਸਰਪੰਚ ਦੀ ਕਰਤੂਤ ਤੇ ਛੋਟੀ ਸਰਦਾਰਨੀ ਦਾ ਦੁੱਖੜਾ ਸੁਣਾਇਆ ਤੇ ਮੈਂ ਰਾਣੀ ਨੂੰ ਵਰਗਲਾਉਣਾ ਸ਼ੁਰੂ ਕਰਤਾ। ਰਾਣੀਏ ਦੇਖ, ਤੇਰੀ ਸਰਦਾਰਨੀ ਵਾਲਾ ਕੰਮ ਮੈਂ ਕਰ ਦੂੰਗਾ। ਸਰਪੰਚ ਜੀ ਗੱਡੀ ਚੜ੍ਹਨਾ ਚੜ੍ਹ ਦੂੰ, ਪਰ ਰੁਪਈਆ 2 ਲੱਖ ਲੱਗੂਗਾ। ਸਰਦਾਰਨੀ ਨੇ ਮੇਰੇ ਵੱਲ ਨੂੰ 2 ਲੱਖ ਰੁਪਈਆ ਭੇਜਤਾ। ਸਾਣ ਤੇ ਲਾਉਣੀ ਸ਼ੁਰੂ ਕਰਤੀ। ਵਾਰ ਵਾਲੇ ਦਿਨ ਸਰਪੰਚ ਦੇ ਮੁੰਡੇ ਦਾ ਵਿਆਹ ਸੀ। ਆਮ ਤੌਰ ਤੇ 9 ਵਜੇ ਤੱਕ ਸਪੀਕਰ ਵੱਜ ਵੁੱਜ ਕੇ ਬੰਦ ਹੋ ਜਾਂਦਾ ਸੀ, ਪਰ ਉਦਣ ਦੇਰ ਰਾਤ ਤੱਕ ਵੱਜਦਾ ਰਿਹਾ। ਅਚਾਨਕ ਟਰਾਂਸਫਾਰਮ ਦਾ ਪੜਾਕਾ ਪਿਆ ਤੇ ਜਦੇ ਜਨਰੇਟਰ ਚਾਲੂ ਹੋ ਗਿਆ। ਦੇ ਦਿਮਾਗ ਦੀ ਬੱਤੀ ਚੁਗੀ ਬਈ, ਹੁਣ ਹੈ ਮੌਕਾ। ਬੰਦਾ ਮਰ ਜਾਂਦਾ। ਮੈਂ ਕਹਿੰਦਾ ਬੰਦਾ ਮਰ ਜਾਂਦਾ, ਬੰਦਾ ਮਰ ਜਾਂਦਾ, ਸਾਲਾ ਸੁਣਦਾ ਹੀ ਨਹੀਂ। ਜਦੋਂ ਮੈਂ ਸਰਪੰਚ ਵਾਲਾ ਕੰਮ ਜਾ ਕਰਕੇ ਚਬਾਰੇ ਤੋਂ ਨਿਕਲਿਆ ਨਾ, ਮੈਨੂੰ ਇੱਕ ਕੁੜੀ ਨੇ ਦੇਖ ਲਿਆ। ਕੌਣ ਹੈ ਤੂੰ ਭਾਈ? ਸੱਚੀ ਗੱਲ ਭਾਈ, ਮੈਂ ਕੌਣ ਹੈ ਤੂੰ? ਦੱਸਦਾ ਮੈਂ ਬੈਠਾ ਕੇ ਇੱਕਦਮ ਛੋੜੇ ਆਪਾਂ ਨੇ ਮਿੰਟ ਲਾਇਆ ਬੁੜੀ ਦੀ ਕੰਢੀ ਮਰੋੜਨ ਨੂੰ। ਸਾਲਾ ਜਨਰੇਟਰ ਟੌਂ ਟੌਂ ਜੀ ਕਰਕੇ ਬੰਦ ਹੋ ਗਿਆ। ਮੈਨੂੰ ਲੱਗਿਆ ਕੋਈ ਜਨਰੇਟਰ ਵੱਲੋਂ ਆ ਰਿਹਾ। ਦੇਖੋ ਜੀ, ਸਰਪੰਚ ਮਰੇ ਦਾ ਤਾਂ ਤੜਕੇ ਸਹੀ ਪਤਾ ਨਹੀਂ ਸੀ ਲੱਗਣਾ, ਪਰ ਬੁੜੀ ਮਰੀ ਦਾ ਝੱਟ ਪਤਾ ਲੱਗ ਜਾਣਾ ਸੀ। ਵਾਦਾ ਕੀ ਨਾ ਕਰਦਾ, ਮੈਂ ਉਹ ਬੁੜੀ ਨੂੰ ਕਿਵੇਂ ਆਪਣੀ ਪਿੱਠ ਤੇ ਲੱਦ ਕੇ ਲੈ ਕੇ ਗਿਆ ਇਹ ਮੈਂ ਹੀ ਜਾਣਦਾ। ਫਿਰ ਮੈਂ ਉਹ ਬੁੜੀ ਨੂੰ ਲਿਜਾ ਕੇ ਨਹਿਰ
ਚ ਸਿੜਦਾ। ਜਵਾਕ ਸਿੰਘ ਖੜਕਾ ਹੋਇਆ ਦੂਰੋਂ ਡੇਰੀ ਮਹਿਕਮੇ ਦੇ ਚੌਕੀਦਾਰ ਨੇ ਮੈਨੂੰ ਦੇਖ ਲਿਆ। ਕੌਣ ਆ ਉੱਥੇ? ਨੇੜੇ ਤੇਰੇ ਕੋਈ ਪੁਲਸ ਆਏ ਨਹੀਂ ਸੀ ਵੀ ਮੈਂ ਉਧਰੋਂ ਭੱਜ ਜਾਂਦਾ ਤੇ ਨਾ ਹੀ ਮੈਂ ਤੈਰ ਕੇ ਜਾ ਸਕਦਾ ਸੀ। ਮੈਂ ਆਪਦੀ ਸੈਂਡੀ ਟੀ ਸ਼ਰਟ ਵੱਲ ਨੂੰ ਮੁੜੀ, ਸੋਚਿਆ ਚੱਲ ਲੁਧਿਆਣੇ ਮਾਸੀ ਦੇ ਮੁੰਡੇ ਕੋਲ ਚੱਲਦੇ। ਫਿਰ ਮੈਨੂੰ ਨਾ ਟੇਸ਼ਨ ਤਾਂ ਨਹੀਂ ਜਾਂਦੇ ਨੇ ਇੱਕ ਲਾਸ਼ ਤੇ ਸੀ, ਕੋਲੇ ਜਾ ਕੇ ਦੇਖਿਆ ਜਵਾਂ ਪਛਾਣ ਨਹੀਂ ਸੀ ਆਉਂਦੀ। ਮੈਂ ਆਪਦੀ ਵਿਸਾਖੀ ਤੇ ਸੈਂਕਲੀ ਉੱਥੇ ਹੀ ਛੱਡਤੀ। ਉੱਥੇ ਨੇੜੇ ਬੀੜ ਚ ਇੱਕ ਡੇਰਾ ਸੀ ਸਾਧ ਦਾ, ਸਾਧ ਮੇਰਾ ਆੜੀ ਸੀ, ਮੈਂ ਉਹਦੇ ਕੋਲ ਜਾ ਕੇ ਲੁੱਕ ਗਿਆ। ਪੂਰੀ ਕੋਸ਼ਿਸ਼ ਕਰੂੰਗਾ ਤੁਹਾਨੂੰ ਘੱਟ ਤੋਂ ਘੱਟ ਸਜਾਓਗੇ। ਮੈਨੂੰ ਆਪਣੀ ਫਿਕਰ ਨਹੀਂ ਹੈ ਪੁੱਤ, ਮੈਂ ਆਪਣਾ ਫਰਜ਼ ਨਿਭਾਤਾ, ਤੂੰ ਆਪਣਾ ਫਰਜ਼ ਨਿਭਾ ਰਿਹਾ। ਬਸ ਮੈਨੂੰ ਆਪਣੀਆਂ ਧੀਆਂ ਦੀ ਫਿਕਰ ਹੈ, ਤੂੰ ਇਹਨਾਂ ਦਾ ਧਿਆਨ ਰੱਖ, ਇਹਨਾਂ ਦਾ ਕੋਈ ਨਹੀਂ। ਕਿਉਂ ਕੋਈ ਨਹੀਂ, ਇਹ ਮੇਰੀਆਂ ਵੀ ਤਾਂ ਭੈਣਾਂ ਨੇ ਚਾਚੀ, ਤੁਸੀਂ ਫਿਕਰ ਨਾ ਕਰੋ। ਸਾਹਿਬ ਬਹਾਦਰ, ਮੈਨੂੰ ਤਿੰਨ ਗੱਲਾਂ ਦੀ ਸਮਝ ਨਹੀਂ ਜੀ ਆਈ। ਪੁੱਛ। ਪਹਿਲੀ ਤਾਂ ਇਹ ਜੀ ਵੀ ਤੁਹਾਨੂੰ ਕਿਵੇਂ ਪਤਾ ਸੀ ਵੀ ਕਤਲ ਭੂਆ ਨਹੀਂ ਕਰਾਇਆ? ਦੂਜਾ ਇਹ ਵੀ ਉਸ ਰਾਤ ਉੱਥੇ ਕਾਤਲ ਆਊਗਾ ਹੀ ਆਊਗਾ, ਭੂਆ ਦੇ ਜਰਨੈਲ ਆਉਣਗੇ ਹੀ ਆਉਣਗੇ, ਇਹ ਤੁਹਾਨੂੰ ਕਿਵੇਂ ਪਤਾ ਸੀ? ਤੀਜੀ ਇਹ ਜੀ ਵੀ ਰਾਣੀ ਕਿਉਂ ਆਤਮ ਹੱਤਿਆ ਕਰ ਗਈ? ਜਰਨੈਲ ਦੀ ਦੁਕਾਨ 'ਤੇ ਪਈ ਅੱਧੀ ਕੈਂਚੀ ਯਾਦ ਆ? ਪਤੰਤਰ ਕੈਂਚੀ ਵੀ ਆਪਣੇ ਵਾਂਗੂ ਇੱਕੋ ਲੱਤ ਵਾਲੀ ਰੱਖੀ ਫਿਰਦਾ। ਤੇ ਹੁਣ ਕੰਧ 'ਤੇ ਲੱਗੀਆਂ ਤਸਵੀਰਾਂ, ਆਮ ਇੱਕ ਬੰਦੇ ਦੀਆਂ ਇੰਨੀਆਂ ਅੱਡ ਅੱਡ ਦਿਲਚਸਪੀਆਂ ਨਹੀਂ ਹੁੰਦੀਆਂ। ਅਸਲ ਇਹ ਫੋਟੋਆਂ ਬਸ ਖਾਨਾ ਪੂਰਤੀ ਲਈ ਲਈਆਂ ਗਈਆਂ ਸੀ, ਤਾਂ ਕਿ ਸ਼ਿਵਜੀ ਮਹਾਰਾਜ ਦੀ ਫੋਟੋ 'ਤੇ ਕਿਸੇ ਦਾ ਖਾਸ ਧਿਆਨ ਨਾ ਜਾਵੇ। ਤਾਂ ਸ਼ਿਵਜੀ ਮਹਾਰਾਜ ਦੀ ਫੋਟੋ 'ਚ ਇਹੋ ਜਿਹੀ ਕਿਹੜੀ ਖਾਸ ਗੱਲ ਸੀ? ਸ਼ਿਵਜੀ ਦੀ ਫੋਟੋ ਦੇ ਉੱਤੇ ਦੀਵੇ ਦੀ ਲੋ ਦਾ ਨਿਸ਼ਾਨ ਦੱਸਦਾ ਸੀ ਕਿ ਫੋਟੋ ਦੇ ਪਿੱਛੇ ਇੱਕ ਆਲਾ ਹੈ। ਇਹ ਉਹੀ ਗਹਿਣੇ ਆ ਜਿਹੜੇ ਸਰਪੰਚ ਕੋਲ ਚੋਰੀ ਹੋਏ ਸੀ। ਵਾਹ ਸਰ ਵਾਹ, ਮੰਨ ਕੇ ਤੁਹਾਡੇ ਦਿਮਾਗ ਨੂੰ। ਜ਼ਿਆਦਾਤਰ ਗਹਿਣੇ ਤਾਜ਼ੇ ਬਣੇ ਹੋਏ ਸੀ, ਜਿਵੇਂ ਉਹ ਬਰੀ ਦੇ ਹੋਣ, ਊਂ ਵੀ ਗਹਿਣੇ ਕਿਸੇ ਵੱਡੇ ਘਰ ਦੇ ਲੱਗਦੇ ਸੀ। ਸਰਪੰਚ ਸਾਹਿਬ ਨੇ ਉਸ ਦਿਨ ਦੱਸਿਆ ਵੀ ਸੀ ਵੀ ਉਹਨਾਂ ਦੇ ਘਰੋਂ ਸੰਦੂਕ 'ਚੋਂ ਗਹਿਣੇ ਚੋਰੀ ਹੋਏ ਆ। ਮੱਥਾ ਤਾਂ ਮੇਰਾ ਉਸ ਦਿਨ ਠਣਕਿਆ ਸੀ, ਕਿਉਂਕਿ ਸੰਦੂਕ ਨੂੰ ਖੋਲ੍ਹਣ ਦੀ ਤਰਕੀਬ ਜ਼ਿਆਦਾ ਜਨਾਨੀ ਨੂੰ ਪਤਾ ਹੁੰਦੀ। ਖੈਰ ਮੈਂ ਕਦੋਂ ਦਾ ਸਰਪੰਚ ਅਤੇ ਜਰਨੈਲ ਦੇ ਵਿਚਾਲੇ ਕੋਈ ਕੜੀ ਲੱਭ ਰਿਹਾ ਸੀ, ਅਤੇ ਉਹ ਕੜੀ ਬਣ ਕੇ ਰਾਣੀ ਕੱਲ੍ਹ ਅੰਬ ਲੈਣ ਜਾਣ ਦਾ ਇੱਕ ਬਹਾਨਾ ਸੀ, ਅਸਲ ਤਾਂ ਮੈਂ ਰਾਣੀ ਨੂੰ ਮਿਲਣ ਗਿਆ ਸੀ।
सोच ला। सरकारी गवाह बनना कि उम्र कैद भोगनी है? साहब जी तुसी जिवें कहोगे मैं उवें कर लूं। मेरी ते मत मारी गई सी जेड़ा मैं जरनैल दिया गल्ला जागी। साहब जी राणी नूं पहलां धमकी ते फिर लालच दिता ते उन्हें सब सच सच दसता मैनूं। ते राणी मेरे कहण ते भुआ जी कोल गई सी ते मेरे कहण ते उन्हें भुआ जी नूं चाबी फड़ाई सी। हुण मेरा इत्थे जी नहीं लगता, मैं भी उत्थे चल जाणा जिथे मेरा जरनैल चलिया गया। जरनैल की दुकान च शिव भगवान की फोटो के पिछे तुहाडी अमानत पई है। आलू फड़ू चाबी, मैं चली हां। ते जरनैल की दुकान ते पए गहने अज भूआ दे गहने भी सी। ते हुण कोई भी जनानी अपने पेक्यां तो पाए गहणियां नूं जां तो ही वध प्यार करती है। ते उस दिन रात नूं भूआ जी दा उत्थे गहने लैण आउणा लाजमी सी। ते हुण रही राणी की गल, मरी नहीं हो जिउंदी है। ते इस वक्त पैर थाने च बैठी है ते उहदी मौत की खबर पचत्तर सिंह टॉट ने मेरे कहन ती फलाई सी। साहब बहादुर, राणी ने नहर च छाल मार के आत्महत्या कर ली है। ते जदों राणी की मौत की खबर बीड़ च साधां दे डेरे ते बैठे जरनैल दे कन्नी पई ते उसे रात लालच दा मरिया गहने लैण आ गया ते आपां डुक लिया। मन गए साहब बहादुर, तुहानूं इस गल ते तां सलूट मारना बनदा ना। हुण साहब बहादुर तैनूं सलूट मारन? मैं आप सलूट मारन की गल कर रहा। फिर मार इधर मनाल सी साहब दे। सत श्री अकाल पंडित जी। कुलदीप सिंह, मैं तेरे काम तो बहुत खुश हाँ। थैंक यू सर। थैंक यू जी। यू आर वेरी इंटेलिजेंट ऑफिसर, शाबाश, कीप इट अप। कुलदीप, मैं तेरी डिपार्टमेंट च सिफारिश की है, नाभे सदर बाजार विच करवानी है तेरी बदली, नाले तेरे पुराने यार बेली भी उत्थी ने। बहुत बहुत मेहरबानी सर। थैंक यू जी। थैंक यू। ओके कुलदीप, कर फिर तैयारी। शाबाश। अच्छा जी, काबल सिंह। हाँ जी, हाँ जी, कुड़ी है जी, प्रमोशन। सुद्धा सचो? नहीं जी नहीं, एक कल्हा ना दा नहीं काबल जी, वैसे भी बंदा काबले तरीफ है जी। हाँ जी, आलो करो गल जी। हाँ जी, हाँ जी, जय हिंद जनाब। सत श्री अकाल सर। जय हिंद सर। उधरों कोई जवाब नहीं दे रहे। बेटे तू ही नहीं समझिया, उधरों तो जवाब ही है। कुंडी, अब तेरे मैं बोलना कहना। और देखी किसे सियाही ना पा दी अपने साहब बहादुर ने। साहब बहादुर थोड़ा मेरे लिए तो कुंडी है। हट जाओ तनु। सपना आता